ਤਨਵਾਹਿ ਗੁਰੂ ਸਾਹਿਬ ਜੀ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਇਹ ਪਾਹੀ ਜੀ ਮੂੰ ਦਤੜੀ ਨਿਤ ਹਿਰਦੈ ਰਖਾਂ ਸੰਭਾਲ ਤੂੰ ਬੁਲਾਵਹੁ ਤੂੰ ਬੁਲਾਹਾਂ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਬੇਗਨ ਬਿਨਾਸਣ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸਤਨਾਮ ਵਾਹਿਗੁਰੂ ਸਾਹਿਬ ਜੀ ਰਮਾਨੰਦ ਜੀ ਘਰ ਪਹਿਲਾ ਏਕ ਓੰਕਾਰ ਸਤ ਗੁਰ ਪ੍ਰਸਾਦ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨ ਚਲੇ ਮਨ ਭਇਓ ਪੰਗ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚੱਲੇ ਮਨ ਭਇਓ ਪੰਗ ਰਹਾਓ ਏਕ ਦਿਵਸ ਮਨ ਭਇਓ ਮੰਗ ਕਸ ਚੰਦਨ ਚੁਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੁਬ੍ਰਮ ਬਤਾਇਓ ਗੁਰਮਨ ਹੀ ਮਾਹੇ ਜਹਾਂ ਜਾਈਐ ਤਹ ਜਲ ਪਖਾਨ ਤੂੰ ਪੂਰ ਰਿਹਾ ਹੈ ਸਭ ਸਮਾਨ ਵੇਦ ਪੁਰਾਨ ਸਭ ਦੇਖੇ ਜੋਏ ਹਾਂ ਤਉ ਜਾਈਐ ਜੋ ਇਹਾਂ ਨਾ ਹੋਏ ਸਤ ਗੁਰ ਮੈਂ ਬਲਹਾਰੀ ਤੋਰ ਜਿਨ ਸકલ ਵਿਕਲ ਭ੍ਰਮ ਕਾਟੇ ਮੋਰ रामानंद स्वामी रमत ब्रम गुरु का शब्द काटै कोट कर्म रामानंद स्वामी रमत ब्रम गुरु का शब्द काटै कोट कर्म वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੁਗ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤ ਸੰਗੀ ਪਿਆਰ ਵਾਲਿਓ ਵਡਭਾਗੇ ਹੋ ਗੁਰੂ ਕੀ ਗੋਦ ਚ ਬੈਠ ਕੇ ਸਤਿਗੁਰ ਜੀ ਦੀ ਪਾਵਨ ਬਾਣੀ ਨਾਲ ਜੁੜੇ ਹੋ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਉਸ ਤੋਂ ਪਰੰਤ ਜੋ ਰਜਾਨਾਂ ਦੀ ਤਰ੍ਹਾਂ ਆਪ ਜੀ ਪਵਨ ਬਾਣੀ ਦੀ ਵਿਚਾਰ ਸਰਵਣ ਕਰਦੇ ਹੋ ਸਤਿਗੁਰੂ ਜੀ ਦੀ ਕਿਰਪਾ ਸਦਕਾ ਪਵਨ ਬਾਣੀ ਦੀ ਵਿਚਾਰ ਕਰਨ ਦਾ ਸਮਾਪਰਾਪਤ ਹੋਇਆ ਹੈ ਜਿਸ ਪਵਨ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਹ ਸ਼ਬਦ ਭਗਤ ਰਾਮਾਨੰਦ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਭਗਤ ਰਾਮਾਨੰਦ ਜੀ ਭਗਤ ਕਬੀਰ ਸਾਹਿਬ ਦੇ ਗੁਰੂ ਹੋਏ ਨੇ ਇਹ ਇਹਨਾਂ ਦਾ ਪਾਵਨ ਸ਼ਬਦ ਹੈ ਤੇ ਇਹਦੇ ਇਹ ਸ਼ਬਦ ਬਸੰਤ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 1195 ਉੱਪਰ ਸੁਭਾਇਮਾਨ ਹੈ ਔਰ ਇਸ ਸ਼ਬਦ ਅੰਦਰ ਉਹ ਇੱਕ ਗੱਲ ਬੜੀ ਡੰਕੇ ਦੀ ਝੋਟ ਤੇ ਕਹਿੰਦੇ ਨੇ ਕਿ ਪਹਿਲਾਂ ਮਨ ਕੁਝ ਹੋਰ ਸੀ ਜਦੋਂ ਦਾ ਪਰਮੇਸ਼ਰ ਨੂੰ ਜਾਣ ਗਿਆ ਹਾਂ ਉਸ ਦਿਨ ਤੋਂ ਬਾਅਦ ਦੁਨੀਆਂ ਵਾਲੇ ਵੇਖਾ ਵੇਖੀ ਵਾਲੇ ਸਾਰੇ ਕੰਮ ਛੱਡ ਦਿੱਤੇ ਪਹਿਲਾਂ ਮੈਂ ਵੀ ਉਹ ਕਰਦਾ ਸੀਗਾ ਪਹਿਲਾਂ ਮਨ ਵਿੱਚ ਖਿਆਲ ਸੀ ਵੀ ਰੱਬ ਐਦਾਂ ਮਿਲਦਾ ਹੋਏਗਾ ਪਰ ਮੈਂ ਉਸ ਗੁਰੂ ਤੋਂ ਵਾਰੇ-ਵਾਰੇ ਬਲਹਾਰੇ ਜਾਵਾਂ ਜਿਨੇ ਸਾਰੇ ਭਰਮ ਮੇਰੇ ਕੱਢ ਦਿੱਤੇ ਸਾਰੇ ਬੁਰੇ ਕਰਮ ਮੁਕਾ ਦਿੱਤੇ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਅੰਮ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ ਦੇਹੋ ਅਸੀਸ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਰਾਮਾਨੰਦ ਜੀ ਬਨਾਰਸ ਦੇ ਵਾਸੀ ਨੇ ਰਵਦਾਸ ਜੀ ਕਬੀਰ ਸਾਹਿਬ ਜੀ ਭਗਤ ਧੰਨਾ ਜੀ ਅਜਿਹੇ ਹੋਰ ਬਹੁਤ ਪਿਆਰੇ ਜਿਹੜੇ ਭਗਤ ਨੇ ਇਨ੍ਹਾਂ ਦੇ ਚੇਲੇ ਰਹੀ ਨੇ ਔਰ ਜਿੱਦੇ ਕਰਕੇ ਇਨ੍ਹਾਂ ਨੇ ਗੁਰਮਤ ਦੀ ਜਾਗ ਬਹੁਤ ਜਿਆਦਾ ਲਾਈ ਤੇ ਕਹਿੰਦੇ ਨੇ ਇਹਨਾਂ ਦਾ ਪਾਵਨ ਸ਼ਬਦ ਜਿਹੜਾ ਅੱਜ ਆਪਾਂ ਵਿਚਾਰਨਾ ਹੈ ਰਾਮਾਨੰਦ ਜੀ ਘਰ ਪਹਿਲਾ ਪਹਿਲੇ ਘਰ ਚ ਇਹਨਾਂ ਵਿਚਾਰਨ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਤੇ ਉਹ ਸਭ ਜਗ੍ਹਾ ਰਮਿਆ ਹੋਇਆ ਆ ਤੇ ਮਿਲਦਾ ਉਹ ਗੁਰੂ ਦੀ ਕਿਰਪਾ ਨਾਲ ਹੈ ਬਾਣੀ ਵਿੱਚ ਰੰਗ ਦੀ ਗੱਲ ਬਹੁਤ ਕੀਤੀ ਹੈ ਰੰਗ ਦਾ ਅਰਥ ਪਿਆਰ ਵੀ ਹੈ ਰੰਗ ਦਾ ਅਰਥ ਰੰਗਣਾ ਵੀ ਹੈ ਤੇ ਪ੍ਰਕਰਨ ਅਨੁਸਾਰ ਰੰਗ ਦੇ ਅਰਥ ਬਾਣੀ ਵਿੱਚ ਆਏ ਨੇ ਕਿਤੇ ਰੰਗ ਦਾ ਅਰਥ ਤਮਾਸ਼ਾ ਵੀ ਆਉਂਦਾ ਹੈ ਤੇ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਇੱਥੇ ਗੱਲ ਰੰਗ ਦੀ ਕਰਦੇ ਨੇ ਉਹ ਰੰਗ ਹੈ ਪਿਆਰ ਜੇ ਸਹਰ ਦੇ ਅੰਦਰ ਰੱਬੀ ਪਿਆਰ ਪੈਦਾ ਹੋ ਜਾਏ ਰੱਬ ਦੇ ਗੁਨਾ ਵਾਲਾ ਰੰਗ ਲੱਗ ਜਾਏ ਰੰਗ ਵੀ ਪਿਆਰੋ ਗੁਰਮਤ ਅਨੁਸਾਰ ਜਿਹੜੀ ਵੇਖੀਏ ਵਿਚਾਰ ਤਰਾ ਦੋ ਤਰ੍ਹਾਂ ਦੇ ਨੇ ਇੱਕ ਕਸੁੰਬੇ ਦਾ ਰੰਗ ਇੱਕ ਮਜੀਠ ਦਾ ਰੰਗ ਪਰਮੇਸ਼ਰ ਦੇ ਨਾਮ ਨੂੰ ਮਜੀਠ ਦੇ ਰੰਗ ਨਾਲ ਤੁਲਨਾ ਦਿੱਤੀ ਹੈ ਜਿਹੜਾ ਪੱਕਾ ਰੰਗ ਹੈ ਤੇ ਕਸੁੰਬੇ ਦਾ ਰੰਗ ਕੱਚਾ ਹੈ ਜਿਹੜਾ ਥੋੜੇ ਜੇ ਸਮੇਂ ਬਾਅਦ ਲੈ ਜਾਂਦਾ ਹੈ ਕੱਚਾ ਰੰਗ ਕਸੁੰਬ ਕਾ ਤੋੜੜੇ ਆਦਨ ਚਾਰ ਚਾਰ ਕੋ ਦਿਨ ਦੀ ਖੇਡ ਹੈ ਇਹ ਉਹ ਰੰਗ ਜਿਹੜਾ ਉਹ ਪਿਆਰ ਹੈ ਜਿਹੜਾ ਬਾਰੋਂ ਬਾਰੋਂ ਉਤੋਂ ਉਤੋਂ ਵਿਖਾਵੇ ਵਾਸਤੇ ਲੱਗਾ ਹੋਇਆ ਇੱਕ ਰੰਗ ਉਹ ਹੈ ਜਿਹੜਾ ਪੱਕਾ ਲੱਗ ਚੁੱਕਾ ਉਤਰਦਾ ਨਹੀਂ ਹੁਣ ਦੋ ਮਨੁੱਖਾਂ ਦੀ ਗੱਲ ਗੁਰੂ ਸਾਹਿਬ ਇਥੇ ਸਮਝਾ ਦਿੰਦੇ ਨੇ ਇੱਕ ਮਨਮੁਖ ਬੰਦਾ ਜਿਹੜਾ ਬਾਰੋਂ ਬਾਰੋਂ ਵੇਖਣ ਨੂੰ ਲੱਗਦਾ ਵੀ ਰੰਗਿਆ ਹੋਇਆ ਹੈ ਇੱਕ ਗੁਰਮੁਖ ਹੈ ਜਿਹੜਾ ਅੰਦਰੋਂ ਰੰਗਿਆ ਹੋਇਆ ਹੈ ਜਿਹੜਾ ਬਾਹਰੋਂ ਰੰਗਿਆ ਲੋਕਾਂ ਨੂੰ ਵਿਖਾਉਂਦਾ ਜਿਹੜਾ ਅੰਦਰੋਂ ਰੰਗਿਆ ਉਹ ਲੋਕਾਂ ਨੂੰ ਵਿਖਾਉਂਦਾ ਨਹੀਂ ਜਿਨ੍ਹਾਂ ਦੇ ਅੰਦਰ ਹਿਰਦੇ 'ਚ ਰੰਗ ਚੜ੍ਹਿਆ ਹੈ ਪਰਮੇਸ਼ਰ ਦੇ ਨਾਮ ਵਾਲਾ ਸਤਿਗੁਰੂ ਪਾਚਕ ਕਹਿੰਦੇ ਨਾ ਤੇ ਉਹ ਵਿਖਾਵਾ ਕਰਦਾ ਜੇ ਨਾ ਉਹ ਪਖੰਡ ਕਰਦਾ ਜੀ ਉਹਨੂੰ ਇੱਕੋ ਹੀ ਪਰਮੇਸ਼ਰ ਲੱਭਦਾ ਸਾਰੇ ਪਾਸੇ ਉਹ ਲੜਾਈਆਂ ਧਰਮ ਦੇ ਨਾਮ ਦੀਆਂ ਪਈਆਂ ਹੋਈਆਂ ਵੱਡੀਆਂ ਤੇ ਲੜਾਈਆਂ ਦੇ ਵਿੱਚ ਪੈਂਦਾ ਹੀ ਨਹੀਂ ਉਹ ਤੇ ਰੱਬ ਦੀ ਜੋਤ ਇੱਕ ਵੇਖਦਾ ਹੈ ਭਗਤ ਰਾਮਾਨੰਦ ਜੀ ਨੇ ਆਖਿਆ ਮੇਰੇ ਅੰਦਰ ਰੱਬ ਦੇ ਨਾਮ ਦਾ ਰੰਗ ਲੱਗਾ ਜੇ ਕਬੀਰ ਵਰਗਿਆਂ ਮਹਾਪੁਰਸ਼ਾਂ ਨੂੰ ਸੁੱਤਿਆਂ ਵੇਖਿਆ ਤੇ ਜਦੋਂ ਜਾ ਕੇ ਮੜਾ ਜਿਹਾ ਠੇਡਾ ਲੱਗਾ ਕਹਿੰਦੇ ਰਾਮ ਕੇ ਰਾਮ ਕਹੋ ਹੁਣ ਜਗਾ ਜਾਗ ਲਾਈ ਨਾ ਮੜੀ ਜੀ ਕਹਿੰਦੇ ਰੱਬ ਦੇ ਪਿਆਰੋ ਜ਼ਿੰਦਗੀ ਸੌਣ ਵਾਸਤੇ ਵੀ ਨਹੀਂ ਮਿਲੀ ਮੰਨਿਆ ਕਿ ਸਰੀਰ ਵਾਸਤੇ ਨੀਂਦ ਵੀ ਜ਼ਰੂਰੀ ਪਈ ਸਾਰੀ ਉਮਰ ਸੌਂ ਹੀ ਨਹੀਂ ਰਹਿਣਾ ਜਾਗਣਾ ਵੀ ਹੈ ਤੇ ਜਗਾਉਣਾ ਵੀ ਹੈ ਜੁਗਤ ਸਖਾਤੀ ਜਿਹੜਾ ਰੰਗ ਭਗਤ ਰਾਮਾਨੰਦ ਜੀ ਦੇ ਆਪਣੇ ਅੰਦਰ ਲੱਗਾ ਸੀ ਕਬੀਰ ਜੀ ਨੂੰ ਰਵਿਦਾਸ ਜੀ ਨੂੰ ਵੀ ਐਸੇ ਹੀ ਰੰਗ ਚੜ੍ਹਿਆ ਉਹਨਾਂ ਨੇ ਤੇ ਜਿਹੜਾ ਰੰਗ ਹੁਣ ਤੁਹਾਨੂੰ ਚੜ੍ਹੇਗਾ ਇਥੇ ਤੁਹਾਨੂੰ ਤਸੀਹੇ ਵੀ ਮਿਲ ਸਕਦੇ ਜੇ ਲੋਕ ਉਲਾਮੇ ਵੀ ਦੇਣਗੇ ਲੋਕ ਵਟੇ ਮਾਰਨ ਤੱਕ ਵੀ ਆਉਣਗੇ ਤੁਹਾਨੂੰ ਹੱਥਾਂ ਪੈਰਾਂ ਨੂੰ ਬੰਨ੍ਹ ਕੇ ਦਰਿਆਵਾਂ 'ਚ ਰੋੜਿਆ ਵੀ ਜਾਏਗਾ ਪਰ ਜਿਹੜਾ ਰੰਗ ਤੁਹਾਨੂੰ ਛਾੜ ਦੇਵਾਂਗੇ ਇਹ ਕਦੇ ਉਤਰੇਗਾ ਨਹੀਂ ਰਵਿਦਾਸ ਜੀ ਨੇ ਇੱਕ ਬਚਨ ਬਾਣੀ 'ਚ ਬੜਾ ਪਿਆਰਾ ਕੀਤਾ ਹੈ ਮੇਰੇ ਰਮਈਏ ਰੰਗ ਮਜੀਠਕਾ ਕਹਿ ਰਵਿਦਾਸ ਜਿਮਾਰ ਮੇਰੇ ਮਾਲਕ ਨੇ ਜਿਹੜਾ ਮੈਨੂੰ ਰੰਗ ਚੜਾਇਆ ਉਹ ਮਜੀਠ ਦਾ ਪੱਕਾ ਰੰਗ ਚੜਾਇਆ। ਰਾਮਨੰਦ ਜੀ ਕਹਿੰਦੇ ਕੱਤ ਜਾਈਏ ਹਰੇ ਕਿੱਥੇ ਜਾਵਾਂ ਮੈਂ? ਘਰ ਲਾਗੋ ਰੰਗ ਮੇਰੇ ਹਿਰਦੇ ਰੂਪੀ ਘਰ ਵਿੱਚ ਰੰਗ ਲੱਗ ਗਿਆ ਪਿਆਰ ਪਿਆਰ ਬਣ ਗਿਆ। ਕੱਤ ਜਾਈਏ? ਕਿਉਂ ਜਾਵਾਂ? ਐਵੇਂ ਹੂਰਾ ਹੂਰਾ ਥਾਵਾ ਤੇ ਦਰਬੇ ਦਰ ਕਿਉਂ ਜਾਵਾਂ? ਕਿਉਂ ਐਗਜ਼ਾਮਾ ਕਹਿੰਦੇ ਮੇਨ ਲੋੜ ਹੀ ਨਹੀਂ ਜਾਣਦੀ ਕਿਉਂਕਿ ਘਰ ਲਾਗੋ ਰੰਗ ਹਿਰਦੇ ਚ ਰੰਗ ਲੱਗ ਗਿਆ ਮੇਰੇ ਮਾਲਕ ਕਹਿੰਦੇ ਜਿੰਨਾ ਚਿਰ ਰੱਬ ਦੇ ਨਾਮ ਵਾਲਾ ਰੰਗ ਨਹੀਂ ਲੱਗਾ ਦੁਨੀਆਂ ਦੇ ਰੰਗ ਨੇ ਤੈਨੂੰ ਬਹੁਤ ਤੰਗ ਕਰਨਾ ਅੱਛਾ ਹੁਣ ਸੁਣੋ ਬਾਣੀ ਵਿੱਚੋਂ ਕਿੰਨੇ ਕੋ ਬੰਦੇ ਨੂੰ ਰੰਗ ਲੱਗੇ ਹੁੰਦੇ ਨੇ ਇੱਕ ਸ਼ਲੋਕ ਗੁਰੂ ਨਾਨਕ ਪਾਸਾ ਸਾਂਝਾ ਕਰਦਾ ਸਤਗੁਰ ਕਹਿੰਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰਨਾ ਜੀਵੇ ਕੋਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਮਾਲ ਕਹਿੰਦੇ ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੇ ਨੰਗ ਕਿਸੇ ਨੂੰ ਆਪਣੇ ਰਾਜ ਭਾਗ ਦਾ ਰੰਗ ਲੱਗਾ ਕਿ ਮੈਨੂੰ ਸਿਰਫ ਰਾਜ ਭਾਗੀ ਦੇ ਸਦਾ ਹੋਰ ਕੁਛ ਨਹੀਂ ਦਿਖਾਈ ਦਿੰਦਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਵੇਲੇ ਉਸੋ ਕਿਸਵਦਤ ਨੂੰ ਸਿਰਫ ਰਾਜ ਭਾਗ ਹੀ ਦਿਸਦਾ ਸੀ ਲੋਕ ਤੇ ਦਿਖਾਈ ਨਹੀਂ ਦਿੰਦੇ ਉਹ ਕਹਿੰਦਾ ਸਿਰਫ ਤੇ ਸਿਰਫ ਮੇਰਾ ਹਕੂ ਮੇਰੀ ਹਕੂਮਤ ਏਰੇ ਮੇਰਾ ਰਾਜ ਭਾਗ ਹੋਣਾ ਚਾਹੀਦਾ ਬਾਕੀ ਪਰਜਾ ਮਰੇ ਭੁੱਖੀ ਮਰੇ ਮੈਨੂੰ ਇਸ ਨਾਲ ਕੋਈ ਲੈਣ ਦੇਣ ਗੁਰੂ ਨਾਨਕ ਪਾਤਸ਼ਾਹ ਨੇ ਇਹੋ ਜਿਹੇ ਬੰਦਿਆਂ ਨੂੰ ਸਿੱਧੇ ਰਸਤੇ ਤੋਰੇ ਆ ਸੀ ਗਣਾ ਵੀ ਤੁਹਾਨੂੰ ਸਿਰਫ ਰਾਜ ਦਾ ਰੰਗ ਸਿਰਫ ਰਾਜ ਦਾ ਰੰਗ ਚੜਿਆ ਕਿ ਸਾਡੇ ਕੋ ਰਾਜ ਰਹੇ ساری ਉਮਰ ਰਾਜ ਅਸੀਂ ਕਰਨਾ ਚਾਹੁੰਨੇ ਰਾਜ ਰੰਗ ਅਗਲੀ ਮੰਚੀ ਕਿਆ ਮਾਲ ਰੰਗ ਪਦਾਰਥਾਂ ਦਾ ਤੇ ਗੁਰੂ ਸਾਹਿਬ ਨੂੰ ਪੁੱਛੋ ਹਾਂ ਕਿ ਇਹੋ ਜਿਹਾਂ ਰੰਗ ਕਿੰਨਾ ਕੁ ਸਿਰ ਤੱਕ ਹੈ ਮਨਮੁਖ ਨਾਮ ਵਿਹੂਣਿਆ ਸਤਗੁਰ ਸੱਚੇ ਪਾਤਸ਼ਾਹ ਨੇ ਨਾਮ ਤੋਂ ਵਿਹੂਣੇ ਮਨਮੁਖ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮਾਇਆ ਦੇਖ ਨਮ ਰੰਗ ਮਾਇਆ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਐ ਥੋੜੇ ਕੋ ਦਿਨ ਦਾ ਰੰਗ ਹੈ ਤੇ ਮੁੱਲ ਬੜਾ ਤੁਸ਼ ਜਿਆਦਾ ਐ ਦਾ ਐਵੇਂ ਦੁਨੀਆ ਦੇ ਪਦਾਰਥਾਂ ਵੱਲ ਵੇਖ ਕੇ ਆਪਣਾ ਮਨ ਬੇਈਮਾਨ ਕਰ ਲਵੀਂ ਵੇਖੂ ਚੰਗਾ ਭਲਾ ਕਈ ਵਰੀ ਹੁੰਦਾ ਬੰਦਾ ਰੱਬ ਤੋਂ ਡਰ ਪੈ ਰੱਖਣ ਵਾਲਾ ਬੰਦਾ ਜਦੋਂ ਬੇਈਮਾਨੀ ਕਰਨ ਵਾਲੇ ਬੰਦਿਆਂ ਨਾਲ ਵਾਹ ਪੈ ਜਾਂਦਾ ਤੇ ਵੇਖ ਕੇ ਉਹਨਾਂ ਵੱਲ ਮਨ ਅਪਣਾ ਲੀਂਦਾ ਵੀ ਚਲੋ ਉਹ ਕਰਦੇ ਨੇ ਕਿਹੜਾ ਮਰਗੇ ਨੇ ਉਹ ਕਰਦੇ ਇਹਨਾਂ ਨੂੰ ਕਿਹੜਾ ਕੁਛ ਕੋਈ ਹੋ ਗਿਆ ਆਪਾਂ ਵੀ ਥੋੜਾ ਬਹੁਤਾ ਕਰ ਲੈਨੇ ਸਤਗੁਰ ਕਹਿੰਦੇ ਨੇ 헤 ਮਨਮੁਖ ਬੰਦੇ ਇਹੋ ਜਿਹੇ ਪਦਾਰਥਾਂ ਵਿੱਚ ਆ ਕੇ ਆਪਣੀ ਜਮੀਰ ਨਾ ਵੇਚ ਇਸ ਦਾ ਰੰਗ ਇਸ ਦਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਤੇ ਰਾਜ ਰੰਗ ਮਾਲ ਰੰਗ ਰੰਗ ਰਤਾਂ ਨੱਚੇ ਨੰਗ ਨੰਗ ਦਾ ਅਰਥ ਹੈ ਬੇਸ਼ਰਮ ਹੋ ਕੇ 헤 ਬੰਦੇ ਇਹ ਨੀਲਾ ਲਾਜ ਲਾ ਦਿੱਤੀ ਹੈ ਕਿ ਬੇਚਜਕ ਬੇਸ਼ਰਮ ਹੋ ਕੇ ਤੂੰ ਹੁਣ ਮਾਇਆ ਦੇ ਪਦਾਰਥਾਂ ਵਿੱਚ ਦੁਨੀਆਂ ਦੀਆਂ ਸ਼ੋਰਤਾ ਝੂਠੀਆਂ ਵਿੱਚ ਦੌੜ-ਦੌੜ ਕੇ ਨੱਚ ਰਿਆਂ ਆ ਤੇ ਸਭ ਕੁਝ ਆਪਣਾ ਦਾਤ ਤੇ ਜ਼ਮੀਰ ਜਾਇਦਾਦ ਪ੍ਰਾਪਰਟੀ ਗਵਾਈ ਜਾ ਰਿਆਂ ਗਲਤ ਰਾਹਾਂ ਤੇ ਇਹਨੂੰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਇਦਾਂ ਦੇ ਲੋਕ ਸਨ ਤੇ ਪਾਤਸ਼ਾਹ ਕਹਿੰਦੇ ਨੇ ਇਸੇ ਕਰਕੇ ਮੈਂ ਉਹ ਪਰਮੇਸ਼ਰ ਦੇ ਨਾਮ ਦਾ ਰੰਗ ਆਪਣੇ ਹਿਰਦੇ 'ਚ ਵਸਾ ਲਿਆ ਜਿਸ ਦੇ ਕਰਕੇ ਬਾਕੀ ਰੰਗ ਖਤਮ ਹੋ ਗਏ। ਘਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਹਿਰਦਾ ਹੀ ਰੰਗਿਆ ਗਿਆ ਪਰਮੇਸ਼ਰ ਦੇ ਨਾਮ ਵਿੱਚ। ਟੁੱਟੇ ਬੰਧਨ ਜਾਸ ਕੇ ਹੋਵਾ ਸਾਧੂ ਸੰਗ ਉਸ ਜਿਸ ਬੰਦੇ ਦੇ ਬੰਧਨ ਟੁੱਟ ਗਏ ਕਿਦਾਂ ਹੂਆ ਸਾਧੂ ਸੰਗ ਸਾਧੂ ਦੀ ਸੰਗਤ ਕਰਕੇ ਇਹ ਐਸਾ ਪਰਮੇਸ਼ਰ ਜੀ ਕਹਿੰਦੇ ਰੰਗ ਚੜ ਗਿਆ ਟੂਟੇ ਬੰਧਨ ਜਾਸ ਕੇ ਹੂਆ ਸਾਧੂ ਸੰਗ ਜੋ ਸਾਧੂ ਸੰਗ ਬਣ ਗਿਆ ਤੇ ਸਬ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਦੁਨੀਆਂ ਦੇ ਸਾਰੇ ਔਗਣ ਮੁੱਕ ਜਾਂਦੇ ਨੇ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਜੋ ਇੱਕ ਅਦੇ ਰੰਗ ਚ ਰੰਗੇ ਗਏ ਉਹਨਾਂ ਨੂੰ ਅਸਲ ਚ ਗੂੜਾ ਰੰਗ ਚੜਿਆ ਪਿਆਰ ਵਾਲਾ ਆਪੇ ਲਾਇਉ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸ਼ਕਾਰ ਜਿਨੇ ਮੈਨੂੰ ਆਪਣਾ ਪਿਆਰ ਆਪੇ ਲਾਇਆ ਗੁਰੂ ਨੂੰ ਪੁੱਛੋ ਸਤਗੁਰ ਜੀ ਤੁਸੀਂ ਸਾਨੂੰ ਮਜੀਠ ਵਾਲਾ ਰੰਗ ਚੜਾਉਣ ਦੀ ਗੱਲ ਕਰਦੇ ਹੋ ਸੱਚਾ ਰੰਗ ਚੜਾਉਣ ਦੀ ਗੱਲ ਕਰਦੇ ਹੋ ਐਸਾ ਕਿਉਂ ਚੜਾਉਣਾ ਚਾਹੁੰਦੇ ਹੋ ਕਿ ਕਿਵੇਂ ਰੰਗ ਚੜੇਗਾ ਏ ਮੇਰੇ ਸਤਗੁਰ ਕਹਿੰਦੇ ਸਤਗੁਰ ਸਭ ਨਾਂ ਦਾ ਭਲਾ ਮੰਗਾਏਂਦਾ ਗੁਰੂ ਸਾਰਿਆਂ ਦਾ ਭਲਾ ਮੰਗਦਾ ਤਾਂ ਤੂੰ ਰੰਗ ਚੜਾਉਣਾ ਚਾਹੁੰਦਾ ਆ ਤੇ ਹੁਣ ਰੰਗ ਚੜੂ ਕਿੱਦਾਂ ਕਹਿੰਦੇ ਗੁਰ ਕੀ ਬਾਣੀ ਸਿਉ ਰੰਗ ਲਾਵੇ ਗੁਰੂ ਦੀ ਬਾਣੀ ਨਾਲ ਪਿਆਰ ਬਣਾ ਲਈਏ ਗੁਰ ਹੋਏ ਕਿਰਪਾਲ ਤਾਂ ਸਭੋ ਦੁੱਖ ਜਾਵੇ ਗੁਰੂ ਕਿਰਪਾवान ਜਦੋਂ ਕਿਰਪਾवान ਹੋ ਜਾਏ ਤੇ ਸਾਰੇ ਦੁੱਖ ਮੁੱਕ ਜਾਂਦੇ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਹੋਏ ਕਿਰਪਾਲ ਸਭੋ ਦੁੱਖ ਜਾਵੇ ਸਾਰੇ ਦੁੱਖ ਮੁੱਕ ਗਏ ਇੱਕ ਗੁਰੂ ਦੀ ਬਾਣੀ ਨਾਲ ਪਿਆਰ ਲਾਉਣ ਕਰਕੇ ਆਪਣਾ ਆਪ ਗੁਰੂ ਨਾਲ ਜੋੜ ਦਿੱਤਾ ਜਿੰਨੀ ਦੇਰ ਦਨ ਸੰਸਾਰ ਦੇ ਮਾਇਆ ਦੇ ਚੱਕਰਾਂ ਵਿੱਚ ਰੰਗ ਲੱਗਾ ਹੈ ਨਾ ਰੱਬ ਨਹੀਂ ਜੇ ਦਿਖਾਈ ਦੇਣਾ ਤੇ ਜੇ ਰੱਬ ਵੀ ਸਾਹਮਣੇ ਆ ਗਿਆ ਤੇ ਰੱਬ ਨੂੰ ਵੀ ਪਛਾਨ ਨਹੀਂ ਪਾਉਣਾ ਸੱਜਣ ਠੱਗ ਦੇ ਅੰਦਰ ਕਿੰਨਾ ਬੇਈਮਾਨ ਦਾ ਬੇਈਮਾਨੀ ਦਾ ਰੰਗ ਚੜ੍ਹਿਆ ਹੋਇਆ ਰੱਬ ਖੁਦ ਘਰੇ ਆਇਆ ਰੱਬ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗਾ ਰੱਬ ਨਹੀਂ ਪਛਾਨ ਪਾਰਿਆ ਇਹੋ ਹੀ ਖੇਡ ਹੁੰਦੀ ਜੇ ਜਿਹਨੂੰ ਸਿਰਫ ਤੇ ਸਿਰਫ ਬੇਈਮਾਨੀ ਦਾ ਰੰਗ ਚੜ ਜਾਏ ਨਾ ਉਹਦੇ ਸਾਹਮਣੇ ਰੱਬ ਵੀ ਖੜ ਜਾਏ ਤੇ ਰੱਬ ਨੂੰ ਵੀ ਪਛਾਨ ਨਹੀਂ ਪਉਂਦਾ ਇਕੱਲੇ ਸੱਜਣ ਜਹੇ ਉਸ ਠੱਗ ਦੀ ਗੱਲ ਨਹੀਂ ਅਨੇਕਾਂ ਹੋਰ ਵੀ ਬੇਅੰਤ ਉਦੋਂ ਵੀ ਸੀ ਤੇ ਹੁਣ ਵੀ ਹੈ ਕਰ ਰਹੇ ਨੇ ਪਰ ਗੁਰੂ ਨਾਨਕ ਰੱਬ ਤੋਂ ਬਿਲਕੁਲ ਦੂਰੀ ਪਾ ਚੁੱਕੇ ਨਹੀਂ ਦੱਸਦਾ ਰੱਬ ਉਹਨਾਂ ਪਰ ਜਿੱਦਣ ਹੋਸ਼ ਆਈ ਜਿੱਦਣ ਚੋਟ ਲੱਗੀ ਬਾਣੀ ਦੀ ਉਦੋਂ ਆਪਣੇ ਹੱਥਾਂ ਜੋ ਹਥਿਆਰ ਛੁੱਟ ਗਏ ਸੱਜਣ ਵਰਗੇ ਉਹੀ ਜਿਹੜੇ ਠੱਗ ਬੰਦੇ ਸੀ ਸੱਜਣ ਭਾਈ ਬਣਾ ਕੇ ਰੱਖਤੇ ਸਤਿਗੁਰੂ ਨਾਨਕ ਪਾਸ਼ਾ ਨੇ ਕਿਉਂ ਖੂਨ ਚੂਸਦਾ ਆਂ ਕਿਉਂ ਇੱਦਾਂ ਗਰੀਬਾਂ ਦਾ ਉਹਨਾਂ ਪਤਾ ਨਹੀਂ ਕਿੰਨਿਆਂ ਕੋ ਮਾਮਾ ਦੇ ਬੱਚੇ ਤੂੰ ਮਾਰ ਦਿੱਤੇ ਹੋਣਗੇ ਜਿਹੜੇ ਵਿਚਾਰੀਆਂ ਅੱਜ ਤੱਕ ਉਡੀਕ ਰਹੀਆਂ ਹੋਣਗੀਆਂ ਸਿਰਫ ਕਾਦੇ ਵਾਸਤੇ ਆ ਦੁਨੀਆ ਦੇ ਚਾਰ ਕੋ ਟੱਕਿਆਂ ਦੇ ਵਾਸਤੇ ਬੇਈਮਾਨੀ ਕਰਕੇ ਤੂੰ ਦੁਨੀਆ ਨੂੰ ਮਾਰਦਾ ਪਿਆ ਤੂੰ ਵਧੀਆ ਪਕਵਾਨ ਬਣਾਉਣਾ ਐ ਸੋਹਣੀ ਰਹਾਇਸ਼ ਦਿਨਾ ਆ ਉਹਦਾ ਪ੍ਰਬੰਧ ਵੀ ਤੂੰ ਵਧੀਆ ਕਰਦਾ ਆ ਪਰ ਰਾਤ ਨੂੰ ਤੂੰ ਮਾਰ ਦਿਨਾ ਆ ਗੁਰਨਾਨਕ ਪਾਤਸ਼ਾਹ ਲਿਹਾਜ ਥੋੜਾ ਕਰਦੇ ਸੀ ਕਿਤੇ ਬੰਦੇ ਦਾ ਭਾਵੇਂ ਉਹ ਸਮੇ ਦਾ ਹਾਕਮ ਵੀ ਕਿਉਂ ਨਾ ਹੋਵੇ ਹਿੰਦੁਸਤਾਨ ਦਾ ਰਾਜਾ ਵੀ ਕਿਉਂ ਨਾ ਹੋਵੇ ਜਿਹੜਾ ਜਿੱਦਾਂ ਦਾ ਸੀ ਮੇਰਾ ਬਾਬਾ ਤੇ ਸ਼ੀਸ਼ੇ ਦੀ ਤਰ੍ਹਾਂ ਸੀ ਜਦੋਂ ਸਾਹਮਣੇ ਖੜ ਜਾਂਦਾ ਸੀ ਉਹਨੂੰ ਉਹਦੀ ਸ਼ਕਲ ਵਿਖਾ ਦਿੰਦਾ ਸੀ ਤੂੰ ਕਿੱਦਾਂ ਦਾ ਆ ਤੇਰੀ ਤੇਰੀ ਅੰਦਰ ਦੀ ਬਾਹਰ ਦੀ ਸੂਰਤਾਂ ਸਾਰੇ ਵੇਖ ਲੈਂਦੇ ਸ਼ੀਸ਼ੇ ਰਾਈ ਬਾਬਾ ਅੰਦਰ ਦੀ ਤਸਵੀਰ ਵਿਖਾਉਂਦਾ ਸੀ ਕਿ ਤੂੰ ਕਿਹੜੇ ਸ਼ਕਲ ਦਾ ਆ ਸਤਿਗੁਰ ਸੱਚੇ ਪਾਤਸ਼ਾਹ ਮਾਲਕ ਦੀ ਬਾਣੀ ਵੀ ਇੱਕ ਸ਼ੀਸ਼ਾ ਹੀ ਹੈ ਜੋ ਸਾਨੂੰ ਅੱਜ ਆਪਣੇ ਅੰਦਰ ਨੂੰ ਵਿਖਾਉਂਦੀ ਹੈ ਉਜਲ ਕਹਾਂ ਚਿਲਕਣਾ ਕੂਟਮ ਕਲੜੀ ਮਸ ਤੋਤਿਆਂ ਜੂਠ ਨਾ ਉਤਰੈ ਜੈਸੋ ਤੂੰ ਆ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਗਿਐ ਤਿੱਥੇ ਖੜੇ ਦਿਸਨ ਸੱਜਣ ਉਹ ਬਣਾ ਜਿੱਥੇ ਲੇਖਾ ਮੰਗਣ ਦੀ ਗੱਲ ਆਵੇ ਉਥੇ ਨਾਲ ਖੜੇ ਹੋਣ ਉਹ ਗੁਣ ਹੈ ਰੱਬ ਦੀ ਬਾਣੀ ਵਾਲੇ ਰੱਬੀ ਗੁਣ ਜੇ ਸਤਗੁਰੂ ਪਾਤਸ਼ਾਹ ਕਹੇ ਲੱਗੇ ਵੀ ਤੂੰ ਤੇ ਇਦਾਂ ਦਾ ਭੁਲੇਖਾ ਪਾ ਰਿਆਂ ਦੁਨੀਆਂ ਨੂੰ ਵੀ ਬਾਹਰੋਂ ਰੰਗਿਆ ਹੋਇਆ ਤੂੰ ਅੰਦਰੋਂ ਮੈਲ ਆਇਆ ਜੇ ਸਤਗੁਰੂ ਬਾਦਸ਼ਾਹ ਕੀ ਕਹਿੰਦੇ ਨੇ ਸਿੰਮਲ ਸਿੰਮਲ ਰੁੱਖ ਸਹਰਾਏ ਰਾਤ ਦੀਰਗ ਅਤਮੁਛ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਸਤਗੁਰੂ ਪਾਤਸ਼ਾਹ ਕਹਿੰ ਲਗੇ ਵੀ ਹੇ ਬੰਦਿਆ ਹੇ ਸੱਜਣ ਤੂੰ ਤੂੰ ਸਿੰਮਲ ਦੇ ਰੁੱਖ ਦੀ ਤਰ੍ਹਾਂ ਬਣ ਗਿਆ ਤੇਰੇ ਵੱਲ ਵੇਖ ਕੇ ਆ ਵਿਚਾਰੇ ਜਿਹੜੇ ਭੋਲੇ ਭਾਲੇ ਬੰਦੇ ਨੇ ਤੈਨੂੰ ਸਿੰਮਲ ਨੂੰ ਸੋਹਣਾ ਵੇਖ ਕੇ ਤੇਰੇ ਤੇ ਰਹਿਸ਼ ਕਰਨ ਲੱਗੇ ਆ ਕੇ ਮੈਂ ਜਣ ਦੇਖ ਭੁਲਨ ਵਿਚਾਰੇ ਤੋਤੇ ਭੁੱਲੇ ਹੋਏ ਆਏ ਤੇਰੇ ਕੋਲ ਸਿੰਮਲ ਰੋਖ શરીਰ ਮੈਂ ਤੇ ਗੁਣ ਮੈਂ ਤਨ ਹਨ ਜਿਹੋ ਜਿ ਸਿੰਮਲ ਵਿੱਚ ਕੰਮ ਨੇ ਉਹ ਜ ਤੇਰੇ ਵਿੱਚ ਨੇ ਸਮਝਾ ਦਿੱਤਾ ਸ਼ੀਸ਼ਾ ਵਿਖਾਤਾ ਇਹੋ ਹੀ ਬੰਦਾ ਗੁਰੂ ਨਾਨਕ ਦੇ ਚਰਨੀ ਟੈਂਦਾ ਇਹੀ ਕਹਤ ਰਾਮਾਨੰਦ ਜੀ ਕਹਿ ਰਹੇ ਨੇ ਕਿ ਕਤ ਜਾਈਏ ਰੇ ਘਰ ਲਾਗੋ ਰੰਗ ਹੁਣ ਕਿੱਥੇ ਕਿਉਂ ਜਾਵਾਂ ਮੇਰੇ ਹਿਰਦੇ ਅੰਦਰ ਰੱਬ ਦੇ ਨਾਮ ਦਾ ਰੰਗ ਲੱਗ ਗਿਆ ਮੇਰਾ ਚਿੱਤ ਨਾ ਚੱਲੇ ਮੇਰਾ ਹੁਣ ਚਿੱਤ ਨਹੀਂ ਦੌੜਦਾ ਮਨ ਭਇਓ ਪੰਗ ਪੰਗ ਦਾ ਅਰਥ ਹੈ ਪਿੰਗੜਾ ਜਦੋਂ ਕੁਦਰਤੀ ਬੰਦਾ ਬੜੀ ਚਲਾਕੀ ਫੁਰਤੀ ਬੜੀ ਤੇਜ਼ ਦੌੜਨ ਵਾਲੀ ਆਪਣੀ ਤਾਕਤ ਰੱਖਦਾ ਹੋਵੇ ਨਾ ਤੇ ਅਚਾਨਕ ਰੱਬ ਦੀ ਘਟਨਾ ਚਲੋ ਕਿਸੇ ਨਾਮ ਵਾਪਰੇ ਪਰ ਜੇ ਵਾਪਰ ਜਾਏ ਮੰਨ ਲਓ ਸਰੀਰ ਦਾ ਸਰੀਰ ਦਾ ਅੰਗ ਲੱਤ ਪੈਰ ਆਦਿਕ ਟੁੱਟ ਜਾਂਦਾ ਹੈ ਜਦੋਂ ਸਤਿਗੁਰ ਕਹਿੰਦੇ ਉਹ ਹੀ ਉਹ ਬੰਦਾ ਮੁੜ ਕੇ ਹਿੱਲਦਾ ਨਹੀਂ ਪਿਆ ਇੱਥੇ ਗੱਲ ਜਿਹੜੀ ਕੀਤੀ ਮੇਰਾ ਮਨ ਇਦਾਂ ਦਾ ਸੀ ਜਿਹੜਾ ਬੜਾ ਤੇਜ਼ ਦੌੜਦਾ ਸੀ ਬੜਾ ਭੱਜਦਾ ਸੀ ਪਰ ਹੁਣ ਕੀਤੇ ਹੁਣ ਕੀ ਹੋਇਆ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਮਨ ਪਿੰਗਲੇ ਦੀ ਤਰ੍ਹਾਂ ਹੋ ਗਿਆ ਹੁਣ ਇਹ ਤੁਰਦਾ ਹੀ ਨਹੀਂ ਹਿਲਦਾ ਹੀ ਨਹੀਂ ਹੁਣ ਥੇਰ ਹੋ ਗਿਆ ਆ ਪਾਬ ਕੀ ਪਹਿਲਾਂ ਦਰ ਦਰ ਤੇ ਜਾਂਦਾ ਸੀਗਾ ਹੁਣ ਰੁਕ ਗਿਆ ਫਰੀਦ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਉਹ ਕਹਿੰਦੇ ਨੇ ਕਿ ਮੇਰੇ ਰੱਬ ਮੇਰੇ ਪਰਮਾਤਮਾ ਮੈਨੂੰ ਤੇ ਆਸਰਾ ਸਿਰਫ ਤੇ ਸਿਰਫ ਤੇਰਾ ਆ ਮੈਂ ਕਿਸੇ ਦਰ ਜਾਣਾ ਨਹੀਂ ਨਾ ਮੈਂ ਕਿਤੇ ਗਿਆ ਆ ਜੇ ਕਿਤੇ ਇਹੋ ਜਿਹਾ ਸਬਬ ਬਣ ਜائے ਮੈਨੂੰ ਤੇਰਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਬਹਿਣਾ ਪੈ ਜਾਏ ਕਿਸੇ ਕੋ ਮੰਗਣਾ ਪੈ ਜਾਏ ਤੇ ਫਰੀਦ ਸਾਹਿਬ ਕਹਿੰਦੇ ਫਰੀਦਾ ਬਾਰ ਪਰਾਇਐ ਬੈਸਣਾ ਪਰਾਏ ਦੇ ਬਾਰ ਤੇ ਬੈਠਣਾ ਸਾਈਂ ਮੁਝੇ ਨਾ ਦੇ ਮੈਨੂੰ ਸਾਈਂ ਇਹੋ ਜਹੀ ਸਮੇਂ ਦੀ ਨਜਾਕਤ ਨਾ ਮਿਲੇ ਇਹੋ ਜਿਹਾ ਸਮਾਂ ਹੀ ਨਾ ਮੇਰੇ ਕੋਲ ਆਏ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੇ ਕਿਤੇ ਐਵੇਂ ਤੂੰ ਮੈਨੂੰ ਰੱਖ ਵੀ ਲਵੇਂ ਇਹੋ ਜਿਹਾ ਸਮਾਂ ਮੇਰੇ ਤੇ ਆ ਵੀ ਜਾਏ ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ ਤਾਂ ਮੇਰੇ ਸਰੀਰ ਚੋਂ ਜੀਓ ਲੈ ਲਈ ਜਾਨ ਕੱਢ ਦੇ ਵੀ ਫਰੀਦ ਤੇਰਾ ਦਰ ਛੱਡ ਕੇ ਕਿਸੇ ਹੋਰ ਦਰ ਨਹੀਂ ਜਾਣਾ ਚਾਹੁੰਦਾ ਇਸ ਕਰਕੇ ਪਾਤਸ਼ਾਹ ਨੇ ਇਹ ਵੀ ਗੱਲ ਇੱਥੇ ਰਾਮਨੰਦ ਜੀ ਕਹਿੰਦੇ ਨੇ ਵੀ ਹੁਣ ਮੇਰਾ ਮਨ ਇੱਕ ਥਾਂ ਟਿਕ ਗਿਆ ਹੁਣ ਕਿਸੇ ਦਰ ਨਹੀਂ ਜਾਏਗਾ ਕਿਸੇ ਦਰ ਪਟਕੇ ਗਾਈ ਨਹੀਂ ਲਾਜ ਨਾ ਮਰੂੰ ਕਹੂੰ ਘਰ ਮੇਰਾ 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 ਕਰਨ ਵਾਲਾ ਉਥੇ ਵੀ ਮੇਰਾ ਇੱਥੇ ਵੀ ਮੇਰਾ ਭੱਜਣ ਧੌੜਨ ਵਾਲਾ ਹੁਣ ਮਾਲਕ ਕਹਿੰਦੇ ਇਸ ਨੂੰ ਸਮਝਾਇਆ ਜਾ ਮੇਰਾ ਚੇਤਨਾ ਚੱਲੇ ਮਨ ਭਇਓ ਪੰਗ ਜਿੰਨਾ ਹੁਣ ਕਈ ਵਾਰੀ ਵੇਖੋ ਜਿਹਦਾ ਮਨ ਵਾਕੇ ਹੀ ਅੰਦਰੋਂ ਰੰਗਿਆ ਜਾਏ ਪਿੰਗਲਾ ਹੋ ਗਿਆ ਹੁਣ ਦਰ ਦਰ ਫਿਰਦਾ ਨਹੀਂ ਸਤਗੁਰ ਕਹਿੰਦੇ ਫਿਰ ਇੱਕ ਦਰ ਤੇ ਟਹਿ ਪਿਆ ਹੁਣ ਕਈ ਏਦਾਂ ਦੇ ਵੀ ਹੁਣ ਜਿਨ੍ਹਾਂ ਨੇ ਕੱਲ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਨਾ ਤੇ ਮਨਾਇਆ ਸਮੁੱਚੀ ਕੌਮ ਨੇ ਦੁਨੀਆ ਨੇ ਮਨਾਇਆ ਪਰ ਸੱਚ ਜੀ ਉਹਨਾਂ ਨੂੰ ਗੁਰ ਉਹਨਾਂ ਵਿੱਚੋਂ 80% ਵਿੱਚ ਉਤਕਰਮ 20% ਹੋਣਗੇ ਜਿਨ੍ਹਾਂ ਨੂੰ ਗੁਰਨਾਨਕ ਤੇ ਪੂਰਾ ਵਿਸ਼ਵਾਸ ਵੱਜਾ ਆ ਵੀ ਹੋਰ ਕਿਤੇ ਜਾਣਾ ਨਹੀਂ ਇੱਥੇ ਹੀ ਆ ਮਾਲਕ ਸੱਚੇ ਪਾਛੜ ਦਰ ਚ ਰਹਿਣਾ ਨਹੀਂ ਤੇ ਬਹੁਤ ਹੋਵੇ ਜਿਨ੍ਹਾਂ ਕੱਲ ਗੁਰਪੁਰਬ ਮਨਾਇਆ ਤੇ ਅੱਜ ਕਈਆਂ ਦੇ ਬਾਬਿਆਂ ਕੋ ਤੁਰ ਵੀ ਪਏ ਹੋਣ ਜਿਨ੍ਹਾਂ ਨੇ ਜਾਣਾ ਹੋਵੇਗਾ ਜਿਨ੍ਹਾਂ ਨੇ ਮੰਗਲਵਾਰ ਵੀਰਵਾਰ ਸ਼ਨੀਵਾਰ ਵਾਲੇ ਦੇਵਤੇ ਵੀ ਲੱਭਣੇ ਹੁੰਦੇ ਪਰ ਮੇਰੇ ਮਾਲਕ ਸੱਚੇ ਪਾਜ ਕਹਿੰਦੇ ਉਹ ਤੁਹਾਨੂੰ ਪੁਰੇ ਉਸਾਈ ਨਹੀਂ ਲੱਗਾ ਇਹ ਤੱਕ ਇੱਕ ਹਿੰਦੂ ਧਰਮ ਵਿੱਚ ਜਨਮ ਲੈ ਕੇ ਪੈਦਾ ਹੋ ਕੇ ਰਾਮਾ ਨੰਦ ਵਰਗੇ ਮਹਾਪੁਰਸ਼ੇ ਗੱਲ ਢੰਕੇ ਦੀ ਚੋਟ ਤੇ ਕਹਿ ਗਏ ਕਿ ਮੈਂ ਹੁਣ ਇਹਨਾਂ ਚੀਜ਼ਾਂ ਨੂੰ ਮੰਨਦਾ ਹੀ ਨਹੀਂ ਮੇਨੂੰ ਰੱਬ ਇੱਕ ਲੱਭ ਗਿਆ ਇੱਕ ਦਿਸ ਮਨ ਭਈ ਓ ਮੰਗ ਇੱਕ ਦਿਨ ਮੇਰੇ ਮਨ ਵਿੱਚ ਉਮੰਗ ਪੈਦਾ ਹੋਈ ਇੱਕ ਮਨ ਵਿੱਚ ਉਤਸ਼ਾਹ ਜਾ ਉਸ਼ਾਲਾ ਜਾ ਵਜਿਆ ਵੀ ਤੁਨਾਮਨੰਦ ਬਹੁਤ ਲੋਕ ਧਰਮ ਸਥਾਨਾਂ ਤੇ ਜਾ ਕੇ ਰੱਬ ਲੱਭਦੇ ਤੂੰ ਵੀ ਲੱਭ ਲਾ ਏਕ ਦਿਵਸ ਮਨ ਭਈ ਉਮੰਗ ਕਹਿੰਦੇ ਉਹਨਾਂ ਵੱਲ ਵੇਖ ਕੇ ਮੈਂ ਵੀ ਉਸ਼ਾ ਉਤਸ਼ਾਹਿਤ ਹੋ ਗਿਆ ਵੀ ਘਸ ਚੰਦਨ ਚੋਵਾ ਬਹੁਤ ਸੁਗੰਧ ਮੈਂ ਵੀ ਆਪਣੇ ਨਾਲ ਆਪਣੇ ਥਾਲ ਦੇ ਵਿੱਚ ਪਹਿਲਾਂ ਮੈਂ ਚੰਦਨ ਕਸਾਇਆ ਹਿਮਾਲਕ ਨੂੰ ਰੱਬ ਨੂੰ ਪੂਜਣ ਜਾਵਾਂਗਾ ਉੱਥੇ ਤਿਲਕ ਲਾ ਕੇ ਚੰਦਨ ਲੈ ਆਵਾਂਗਾ ਪਹਿਲਾਂ ਚੰਦਨ ਕਸਾਇਆ ਬੜੀਆਂ ਸੁਗੰਧੀਆਂ ਇਕੱਠੀਆਂ ਕਰ ਲੀਆਂ ਘਸ ਕਸਾ ਕੇ ਚੰਦਨ ਚੂਆ ਸੁਗੰਧੀਆਂ ਆਦਿਕ ਹੋਰ ਅਤਰ ਆਦਿਕ ਘਸ ਚੰਦਨ ਚੂਆ ਬਹੁਤ ਸੁਗੰਧ ਪੂਜਣ ਚਾਲੀ ਬ੍ਰਾਹਮ ਠਾਏ ਮੈਂ ਆਪਣੇ ਬ੍ਰਾਹਮ ਨੂੰ ਪੂਜਣ ਤੁਰ ਪਈ ਮੈਂ ਸੋਚਿਆ ਰੱਬ ਲੱਭਣ ਲੱਬ ਰੱਬ ਸ਼ਾਇਦ ਜਿੱਥੇ ਬਾਕੀ ਲੋਕ ਲੱਭਦੇ ਨੇ ਉੱਥੇ ਮੈਂ ਵੀ ਜਾ ਕੇ ਲੱਭ ਲਵਾਂ ਪਰ ਕਹਿੰਦੇ ਮੈਨੂੰ ਰਾਹ ਚ ਹੀ ਮੁੜਨਾ ਪੈ ਗਿਆ ਕਿਉਂ ਮੇਰੇ ਮਨ ਵਿੱਚੋਂ ਜਿਹੜਾ ਰੰਗ ਲੱਗਾ ਸੀ ਨਾ ਜਿਹੜਾ ਮਨ ਵਿੱਚ ਪਿਆਰ ਲੱਗਾ ਸੀ ਰੱਬ ਦਾ ਉਹਨੇ ਆਵਾਜ਼ ਦਿੱਤੀ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੀ ਉਹ ਰੱਬ ਨੇ ਮੈਨੂੰ ਕਿਹਾ ਕਿ ਜਿਹੜੇ ਰੱਬ ਨੂੰ ਤੂੰ ਬਾਹਰ ਲੱਭਣ ਚੱਲਿਆ ਉਹ ਤੇਰੇ ਅੰਦਰ ਹੀ ਬਿਠਾਈ ਗੱਲ ਗੁਰੂ ਨਾਨਕ ਸਾਹਿਬ ਵੀ ਕਰਦੇ ਨੇ ਹੁਣ ਕਹਿੰਦੇ ਪੂਜਣ ਵਾਲੇ ਨੇ ਬੜੇ ਕੁਝ ਇਕੱਠੇ ਕੀਤੇ ਫੁੱਲ ਕੀਤੇ ਆ ਅਤਰ ਚੰਦਨ ਆਦਕ ਸੁਗੰਧੀਆਂ ਇਕੱਠੀਆਂ ਕਰਕੇ ਅਸੀਂ ਜੀ ਦੇਵਤੇ ਨੂੰ ਰੱਬ ਨੂੰ ਖੁਸ਼ ਕਰਨ ਚੱਲੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਖਿਆ ਜੀ ਪਿਆਰਿਓ ਇਹੋ ਜਿਹੇ ਕੰਮ ਕਰਨ ਉਲ ਚੰਗਾ ਤੁਸੀਂ ਜੇ ਵਾਕੇ ਪੂਜਾ ਕਰਨੀ ਐ ਵਾਕੇ ਤੁਸੀਂ ਚੰਦਨ ਚੜਾਉਣਾ ਆ ਅਤਰ ਚੜਾਉਣਾ ਆ ਸੁਗੰਧੀਆਂ ਲਾਉਣੀਆਂ ਤੇ ਗੁਰੂ ਨਾਨਕ ਨੇ ਦੱਸਿਆ ਵੀ ਆ ਆ ਚੀਜ਼ਾਂ ਜ਼ਰੂਰ ਨਾਲ ਰੱਖੋ ਆਪਣੇ ਤੇਰਾ ਨਾਮ ਕਰੀ ਚੰਨਣਾਠੀਆ ਚੰਨਣਾਠੀਆ ਚੰਦਨ ਦੀ ਲੱਕੜ ਤੇਰਾ ਨਾਮ ਹੀ ਮੇਰੇ ਵਾਸਤੇ ਮੇਰੀ ਚੰਦਨ ਦੀ ਲੱਕੜ ਹੈ ਤੇਰਾ ਨਾਮ ਕਰੀ ਚੰਨਣਾਠੀਆ ਜੇ ਮਨ ਉਰਸਾ ਹੋਏ ਉਰਸਾ ਕਹਿੰਦੇ ਉਹ ਵੱਟਾ ਜਿਆ ਜਿਹਦੇ ਨਾਲ ਚੰਦਨ ਰਗੜਿਆ ਜਾਂਦਾ ਹੈ ਜੇ ਮਨ ਉਰਸਾ ਹੋਏ ਕਰਨੀ ਕਰਨੀ ਦਾ ਅਰਥ ਹੈ ਉੱਚਾ ਚੰਗਾ ਆਚਰਣ ਚੰਗੇ ਆਚਰਣ ਦਾ ਤੂੰ ਕੁੰਗੂ ਬਣਾ ਕੇਸਰ ਕਰਨੀ ਕੁੰਗੂ ਜੇ ਰਲੇ ਕਾਟੇ ਅੰਤਰ ਪੂਜਾ ਹੋਏ ਮਾਲ ਕਹਿੰਦੇ ਬਾਹਰ ਦੀਆਂ ਚੀਜ਼ਾਂ ਵਿਖਾਵੇ ਵਾਲੀਆਂ ਵਿਖਾਉਣ ਦੀ ਬਜਾਏ ਇਦਾਂ ਦੇ ਗੁਣ ਧਾਰਨ ਕਰ ਲੈ ਇਹ ਹੀ ਤੇਰੇ ਵਾਸਤੇ ਰੱਬ ਦੀ ਪੂਜਾ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੇਂ ਪੂਜ ਨਾ ਹੋਏ ਅਗਲੀ ਪੰਕਤੀ ਚ ਤਸੱਲੀ ਕਰਾਈ ਪਈ ਕਹਿੰਦੇ ਬਾਹਰ ਦੇਵ ਪਖਾਲੀਐ ਬਾਹਰ ਦੇ ਦੇਵਤਿਆਂ ਨੂੰ ਤੁਸੀਂ ਪਾਣੀ ਨਾਲ ਨਵਾ ਕੇ ਕਿਨ ਨੂੰ ਸੁੱਚਾ ਹੋ ਗਿਆ ਪਵਿੱਤਰ ਹੋ ਗਿਆ ਮਾਲਕ ਕਹਿੰਦੇ ਇੱਕ ਕੰਮ ਹੋਰ ਕਰ ਆਪਣੇ ਅੰਦਰ ਵੀ ਜਿਹੜੀ ਮੈਲ ਉਹਨੂੰ ਇਦਾਂ ਧੋ ਜੂਠ ਲਹਿ ਜਿਉ ਮਨ ਜੀਐ ਮੋਖ ਪਿਆਣਾ ਹੋਏ ਸਤਿਗੁਰ ਕਹਿੰਦੇ ਨੇ ਬਾਹਰ ਤਾਂ ਤੂੰ ਆਪਣੇ ਆਪ ਨੂੰ ਬੜਾ ਲੋਕਾਂ ਨੂੰ ਵਿਖਾਉਣਾ ਹੈ ਕਿ ਬੜਾ ਧਰਮੀ ਆ ਪਰ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਦੀ ਮੈਲ ਕੱਢ ਦੇ ਇੱਕ ਵਾਰ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਉਹ ਬ੍ਰਹਮ ਮੈਨੂੰ ਪਰਮੇਸ਼ਰ ਨੇ ਵਖਾ ਦਿੱਤਾ ਮੇਰੇ ਮਨ ਵਿੱਚ ਬੈਠਾ ਮੇਰੇ ਹਿਰਦੇ ਅੰਦਰ ਬੈਠਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨਾ ਜਦੋਂ ਮੱਕੇ ਨੂੰ ਜਾਂਦੇ ਸੀ ਨਾ ਤੀਸਰੀ ਉਦਾਸੀ ਸਮੇ ਸਿਆਲਕੋਟ ਲੰਗੇ ਅਗਲੇ ਪਾਸੇ ਇੱਕ ਨਗਰ ਠਹਿਰੇ ਪਾਕਪਟਨ ਦੇ ਕੋਲ ਠਹਿਰੇ ਸਨ ਉਥੇ ਇੱਕ ਦਾਊਦ ਨਾਂ ਦਾ ਜੁਲਾਹਾ ਹੁੰਦਾ ਤੇ ਦਾਊਦ ਜਲਾਹੇ ਨੇ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੱਕ ਗਲੀਚਾ ਬੁਧਗਾ ਬਣਾਇਆ ਸੀ ਜਿਹੜਾ ਉਹਨੇ ਭੇਟਾ ਕੀਤਾ ਤੇ ਸਤ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਹ ਦਾ ਸਤ ਗੁਰੂ ਤੁਸੀਂ ਨਾਲ ਲੈ ਜਾਓ ਕਿਤੇ ਕੰਮ ਆਏਗਾ ਤੇ ਸਾਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਇਹਦੀ ਲੋੜ ਨਹੀਂ ਇਹ ਉਹਨੂੰ ਦੇ ਜਿਹਨੂੰ ਲੋੜ ਹੈ ਜੇ ਕੋਈ ਵਿਚਾਰਾ ਤੂੰ ਆ ਧਰਮੀ ਬਣ ਕੇ ਮੈਨੂੰ ਦਾਨ ਕਰ ਰਿਆ ਜਿੰਨੂੰ ਲੋੜ ਨਹੀਂ ਜਿੰਨੂੰ ਲੋੜ ਉਹਨੂੰ ਦੇ ਕੁਝ ਲੋਕ ਤੇਰੇ ਘਰ ਦੇ ਆਸ-ਪਾਸ ਵਿਚਾਰੇ ਪੁੰਜੇ ਸੌਂਦੇ ਹੋਣਗੇ ਪੈਰੋਂ ਨੰਗੇ ਰਹਿੰਦੇ ਹੋਣਗੇ ਕਦੀ ਉਹਨਾਂ ਨੂੰ ਵੀ ਪੈਰ ਕਦੀ ਕੰਬਲ ਦਿੱਤਾਈ ਕਦੀ ਕਲੀਚਾ ਦਿੱਤਾਈ ਉਹਨੂੰ ਤੇ ਬਾਬੇ ਨੇ ਇਥੋਂ ਤੱਕ ਸ਼ਬਦ ਵੀ ਕਹਿ ਦਿੱਤੇ ਕਿ ਤੂੰ ਬੰਦੇ ਦੀ ਛੱਡ ਤੂੰ ਤਾਂ ਜਾਨਵਰ ਵੀ ਨਹੀਂ ਵਿਖਿਆ ਤੇਰੇ ਘਰ ਦੇ ਸਾਹਮਣੇ ਇੱਕ ਕੁੱਤੀ ਸੁੱਈ ਐ ਉਹਦੇ ਬੱਚੇ ਠੰਡ ਚ ਠਰਦੇ ਤੂ ਤੇ ਕਦੇ ਉਹਦਾ ਕੱਪੜਾ ਨਹੀਂ ਪਾਇਆ ਤੇ ਬਾਬੇ ਨਾਨਕ ਦੇ ਸ਼ਬਦ ਸਨ ਮੈਨੂੰ ਇਹੋ ਜਿਹਾਂ ਸੁੱਖ ਦੀਆਂ ਸੇਜਾਂ ਕੀ ਕਹਿੰਦੀਆਂ ਜਦੋਂ ਸਾਡੇ ਕੋਲ ਖੜਾ ਬੰਦਾ ਦੁਖੀ ਹੋਵੇ ਤੇ ਜਦੋਂ ਸਾਡੇ ਕੋਲ ਕੋਈ ਭੁੱਖਾ ਬੈਠਾ ਹੋਵੇ ਤੇ ਸਾਡੇ ਤਰ੍ਹਾਂ ਤਰ੍ਹਾਂ ਦੇ ਛੱਤੀ ਪਦਾਰਥ ਸਾਨੂੰ ਕੀ ਕਹਿੰਦੇ ਨੇ ਤੇ ਬਾਬਾ ਕਹਿੰਦਾ ਸੀ ਉਸ ਦਿਨ ਮੈਨੂੰ ਸਮਝ ਗਈ ਇਹ ਭੇਟਾ ਹੋ ਗਿਆ ਉਸ ਦਿਨ ਖਾਣਾ ਮੈਨੂੰ ਪਹੁੰਚ ਗਿਆ ਉਸ ਦਿਨ ਗਲੀਚੇ ਮੈਨੂੰ ਪਹੁੰਚ ਗਏ ਜਿੱਦਨ ਕਿਸੇ ਲੋੜਵੰਦ ਨੂੰ ਤੂੰ ਦੇ ਦਿੱਤਾ ਦਾਊਦ ਨੇ ਗੱਲ ਵਾਕਈ ਖਾਨੇ ਪਾ ਲਈ ਤੇ ਜੋ ਬਾਬੇ ਨੇ ਗੱਲਾਂ ਕਈਆਂ ਬਿਲਕੁਲ ਸੱਚ ਹੈ ਇਦਾਂ ਹੀ ਆ ਜੁਗਤ ਸਖਾਤੀ ਨਾ ਭੀ ਰੱਬ ਨੂੰ ਪਾਉਣ ਵਾਸਤੇ ਆ ਸਿਰਫ ਲੋਕਾਂ ਨੂੰ ਵਿਖਾਉਣਾ ਨਹੀਂ ਕਿ ਮੈਂ ਇੱਕ ਤਗੜਾ ਚੰਗੇ ਕਾਰੋਬਾਰ ਵਾਲਾ ਜੁਲਾਹਾ ਹਾਂ ਤੇ ਮੈਂ ਵਧੀਆ ਗਲੀਚਾ ਬਣਾ ਕੇ ਦਾਨ ਕਰਦਾਗਾ ਤੇ ਲੋਕ ਮੇਰੀ ਵਾਹ ਵਾਹ ਕਰਨਗੇ ਅੱਜ ਵੀ ਵੇਖੋ ਕਿਦਾਂ ਨੇ ਬੜੇ ਲੋਕ ਨੇ ਇਦਾਂ ਦੇ ਚਲੋ ਦਾਨ ਕਰਨਾ ਹੈ ਭਲਿਆ ਗੁਰੂ ਨਾਨਕ ਕਹਿੰਦਾ ਚੁੱਪ ਕਰਕੇ ਕਰਦੇ ਕਿਸੇ ਨੂੰ ਵਿਖਾਵੇ ਨਾ ਪਤਾ ਹੀ ਨਹੀਂ ਲੱਗਿਆ ਅੱਜ ਅੱਜ ਤੁਸੀਂ ਵੇਖੋ ਇੱਕ ਗੱਲ ਦਾ ਬੁਰਾ ਨਾ ਮਨਾਉਣਾ ਚਲੋ ਕਿਸੇ ਨੂੰ ਉਤਸ਼ਾਹਿਤ ਕਰਨਾ ਗੱਲ ਹੋਰ ਹੈ ਪਰ ਆਪਣੀ ਸ਼ੌਹਰਤ ਬਣਾਉਣੀ ਹੋਰ ਗੱਲ ਐ। ਕਾਰ ਕੋ ਗਰੀਬਾਂ ਵਿਚਾਰਿਆਂ ਬੰਦਿਆਂ ਨੂੰ ਕੰਬਲ ਦੇ ਕੇ ਫੋਟੋਆਂ ਅਖਬਾਰ ਤੇ ਲਵਾ ਲੈਣੇ, ਫਲੈਕਸ ਲਵਾ ਲੈਣੇ ਵੀ ਐਨੇ ਦਾਨ ਕਰਦੇ। ਐਨਾਂ ਦਾ ਭਲਾ ਕਰਦਾ। ਕਿਸੇ ਗਰੀਬ ਵਿਚਾਰਾ ਪਰਿਵਾਰ ਕੋਈ ਲੋੜਵੰਦ ਹੁੰਦਾ ਐ ਨਾ, ਗਰੀਬ ਪਰਿਵਾਰ ਲੋੜਵੰਦ ਵਿਚਾਰਾ ਹੁੰਦਾ। ਉਹ ਪਹਿਲੀ ਗੱਲ ਤੇ ਥੋੜੀ ਕੀ ਤਾਂ ਕਿਸੇ ਨੂੰ ਪੁਕਾਰ ਕਰਦਾ ਨਹੀਂ। ਕਿਉਂ ਨਹੀਂ ਕਰਦਾ ਅੱਜ ਕੱਲ ਉਹ ਕਰਦਾ ਡਰਦਾ ਵੀ ਆ ਵੀ ਯਾਰ ਮੈਂ ਜੇ ਇਹਨੂੰ ਪੁਕਾਰ ਕੀਤੀ ਇਹਨਾਂ ਵੀਡੀਓ ਬਣਾ ਕੇ ਪਾ ਦੇਣੀ ਵੀ ਫਲਾਣੇ ਬੰਦਿਆਂ ਦੇ ਆ ਸਾਡੀ ਸੰਸਥਾ ਆ ਗਰੀਬ ਪਰਿਵਾਰ ਦੀ ਮਦਦ ਕਰਨ ਲੱਗੀ ਆ ਉਹ ਵਿਚਾਰਾ ساری ਉਮਰ ਮੂੰ ਨੀਵਾ ਕਰਕੇ ਰਹਿੰਦਾ ਵੀ ਮੈਂ ਤੇ ਭਾਈ ਆਪਣੇ ਹੱ ਆਪਣੇ ਆਪ ਵਿੱਚ ਆਪਣੇ ਬੱਚੇ ਦਾ ਇੱਜ਼ਤ ਕਰਾਉਣ ਵਾਲਾ ਵੀ ਨਹੀਂਗਾ ਪਰ ਵੇਖੋ ਮੈਂ ਇਤਿਹਾਸ ਇੱਕ ਉਦਾਹਰਨਾ ਦੇਣਾ ਹੈ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਪਿਆਰੇ ਭਾਈ ਗੜੀਆ ਜੀ ਵਰਗੇ ਗੁਰੂ ਕਾ ਸਿੱਖ ਕਸ਼ਮੀਰ ਦੇ ਵਿੱਚ ਇੰਨੇ ਘਰ ਬਣਵਾ ਕੇ ਆਏ ਇੰਨੇ ਲੋੜਵੰਦਾਂ ਨੂੰ ਦੱਸ ਇਹ ਵਧੀਆ ਕੰਮ ਕਾਰੋਗਾਰ ਤੇ ਲਾ ਕੇ ਆਏ ਦਸਵੰਦ ਦੀ ਮਾਇਆ ਵਰਤ ਕੇ ਕਿਤੇ ਭਾਈ ਗੜੀਏ ਨੇ ਆ ਕੇ ਦਵਾਈ ਥੋੜਾ ਪਾਤੀ ਸੀ ਸਤਿਗੁਰੂ ਜੀ ਸਿੱਖਾਂ ਨੂੰ ਦੱਸਦਾ ਥੋੜਾ ਫਿਰਦਾ ਸੀ ਦੱਸਿਆ ਤੇ ਕੇਵਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਉਹ ਵੀ ਤਾਂ ਜੇ ਗੁਰੂ ਨੇ ਪੁੱਛਿਆ ਆ ਸਤਿਗੁਰ ਨੇ ਪੁੱਛਿਆ ਤੇ ਉਹਨੇ ਦੱਸਿਆ ਉਹਨੇ ਕਿਸੇ ਦੂਜੇ ਬੰਦੇ ਨਾਲ ਗਾਲੀ ਨਹੀਂ ਕੀਤੀ ਹੈਗੀ ਵੀ ਮੈਂ ਕਿਸੇ ਦਾ ਭਲਾ ਵੀ ਕੀਤਾ ਹੈ ਐਦਾਂ ਦੇ ਗੁਰਸਿੱਖ ਸੀਗੇ ਸਤਿਗੁਰ ਕਹਿੰਦੇ ਨੇ ਵੀ ਜੇ ਕਿਸੇ ਦਾ ਭਲਾ ਕਰਨਾ ਹੈ ਨਾ ਸੱਚ ਕਰਕੇ ਉਹ ਆਪਣੇ ਆਪ ਦੀ ਸ਼ੋਹਰਤ ਨਾ ਬਣ ਜਾਏ ਕਿਸੇ ਗਰੀਬ ਦੀ ਕੀਤੀ ਹੋਈ ਮਦਦ ਤੇਰੇ ਮਨ ਦਾ ਹੰਕਾਰ ਨਾ ਬਣ ਜਾਏ ਸਾਹਿਬ ਸਤਗੁਰੂ ਕਹਿੰਦੇ ਨੇ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ ਜਹਾਂ ਜਾਈਐ ਤਹ ਜਲ ਪਖਾਨ ਜਹਾਂ ਜਾਈਐ ਜਿੱਥੇ ਜਾਣਾ ਮੈਂ ਜਿੱਥੇ ਜਾ ਕੇ ਵੇਖਿਆ ਧਾਰਮਿਕ ਸਥਾਨਾਂ ਤੇ ਕੀ ਵੇਖਿਆ ਜਹਾਂ ਜਾਈਐ ਤਹ ਜਲ ਪਖਾਨ ਤੀਰਥ ਸਥਾਨਾਂ ਤੇ ਜਾ ਕੇ ਵੇਖਿਆ ਉਥੇ ਜਾਂ ਤੇ ਪਾਣੀ ਹੈ ਤੇ ਜਾਂ ਪੱਥਰ ਹੈ ਕੋਈ ਪੱਥਰ ਤੇ ਵੀ ਪਾਣੀ ਪਾ ਰਿਹਾ ਹੈ ਤੇ ਕੋਈ ਪਾਣੀ ਘਰ ਲੈ ਆ ਰਿਹਾ ਹੈ ਜਹ ਜਾਈਐ ਤਹ ਜਲ ਪਖਾਨ ਭਵ ਗੰਗਾ ਵਰਗੇ ਦਾ ਪਾਣੀ ਲੋਕ ਘਰਾਂ ਨੂੰ ਲੈ ਕੇ ਗਏ ਵੀ ਬੜਾ ਪਵਿੱਤਰ ਹੈ ਕਬੀਰ ਗੰਗਾ ਤੀਰ ਜੋ ਕਰੈ ਪੀਵੈ ਨਿਰਮਲ ਨੀਰ ਬਿਨ ਹਰ ਭਗਤ ਨ ਮੁਕਤ ਹੋਏ ਇਉਂ ਕਹਿ ਰਮੈ ਕਬੀਰ ਜਹਾਂ ਜਾਈਐ ਜਿੱਥੇ ਜਾ ਕੇ ਬਿਨ બસ ਜਾਂ ਪੱਥਰ ਪੂਜਿਆ ਜਾ ਰਿਹਾ ਜਾਂ ਪਾਣੀ ਪੂਜਿਆ ਜਾ ਰਿਹਾ ਇਹ ਰਾਮਾਨੰਦ ਜੀ ਕਹਿ ਰਹੇ ਨੇ ਹੋਰ ਸ਼ਬਦ ਸੁਣੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਬੀਰ ਠਾਕੁਰ ਪੂਜੈ ਮੂਲ ਲੈ ਰੱਬ ਨੂੰ ਮੂਲ ਲੈ ਕੇ ਪੂਜਣ ਲੱਗੇ ਕਬੀਰ ਠਾਕੁਰ ਪੂਜੈ ਮੂਲ ਲੈ ਮਨ ਹਠ ਧੀਰਥ ਜਾਏ ਦੇਖਾ ਦੇਖੀ ਸੁਆਗ ਧਰ ਹੂਲਾ ਪਟਕਾ ਖਾਹ ਦੇਖਾ ਦੇਖੀ ਦੇਖਾ ਦੇਖੀ ਸਭ ਕਰੈ ਮਨ ਮੁਖ ਬੂਝ ਨਾ ਪਾਇ ਮੇਰਾ ਗੁਰੂ ਕਹਿੰਦਾ ਵਿਖਾਵਾ ਕਨੂ ਦੇਖਾ ਵੇਖੀ ਕਨੂ ਕਰੀ ਜਾਨੈ ਕਿ ਜੇ ਉਹ ਚੱਲਿਆ ਤਾਂ ਤੂੰ ਵੀ ਮਗਰ ਟੜਫ ਸੁੱਕ ਤੁਰ ਪੈ ਨਹੀਂ ਇਹੋ ਜਾਨੈ ਕਬੀਰ ਪਾਹਨ ਪਰਮੇਸ਼ਰ ਕੀਆ ਲੋਕਾਂ ਨੇ ਪੱਥਰ ਰੱਬ ਬਣਾ ਲਿਆ ਕਬੀਰ ਪਾਹਨ ਪਾਹਨ ਉਹਦਾ ਪੱਥਰ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਹੁਣ ਜਿੰਨੇ ਪੱਥਰ ਨੂੰ ਰੱਬ ਬਣਾ ਲਿਆ ਕਹਿੰਦੇ ਜੇ ਕੋਈ ਸੰਸਾਰ ਇਹਦੇ ਭਰੋਸੇ ਰਿੰਦਾ ਆ ਤਾਂ ਪੂਜੇ ਸਭ ਸੰਸਾਰ ਇਸ ਪਰਵਾਸੈ ਜੋ ਰਹਿ ਬੂਡੇ ਕਾਲੀ ਧਾਰ ਕਾਲੀ ਧਾਰ ਤੋਂ ਇਸ਼ਾਰਾ ਕੀਤਾ ਜਿਵੇਂ ਜਿਵੇਂ ਸਮੁੰਦਰ ਦਾ ਪਾਣੀ ਗਹਿਰਾ ਹੁੰਦਾ ਤੇ ਉਹ ਉਵੇਂ ਉਵੇਂ ਕਾਲਾ ਦਿਖਾਈ ਦਿੰਦਾ ਕਹਿੰਦੇ ਇਵੇਂ ਹੀ ਜਿਨ੍ਹਾਂ ਨੇ ਪੱਥਰ ਨੂੰ ਰੱਬ ਮੰਨਿਆ ਆ ਉਹ ਸਮਝ ਲਓ ਵੀ ਡੂੰਗੀ ਸਮੁੰਦਰ ਦੀ ਡੂੰਗੀ ਗਰਾਈ ਚ ਡੁੱਬ ਰਹੇ ਹਨ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਹਾਂ ਜਾਈਐ ਤਹਾਂ ਜਲ ਪਖਾਂ ਜਿੱਥੇ ਵੇਖਦਾ ਇੱਥੇ ਪੱਥਰ ਦੀ ਪੂਜਾ ਜਾਂ ਪਾਣੀ ਦੀ ਪੂਜਾ ਹੋ ਰਹੀ ਹੈ ਤੂੰ ਪੂਰ ਰਹਿਓ ਹੈ ਸਭ ਸਮਾਨ ਪਰ ਮੈਂ ਤੈਨੂੰ ਵੇਖਿਆ ਤੂੰ ਸਾਰੇ ਥਾਵਾਂ ਤੇ ਹੈਂ ਰੱਬ ਨੂੰ ਤੇ ਚਾਰ ਦਿਵਾਰੀ ਚ ਬੰਦ ਕਰਕੇ ਕਹਿ ਦਿੱਤਾ ਵੀ ਰੱਬ ਸਾਡੇ ਕੋਲ ਹੈ। ਇੱਕ ਨੇ ਕਿਹਾ ਨਹੀਂ ਦੱਖਣ ਚ ਸਾਡੇ ਕੋਲ ਇੱਕ ਨੇ ਕਿਹਾ ਨਹੀਂ ਪੱਛਮ ਵਿੱਚ ਸਾਡੇ ਕੋਲ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਵਾਕਈ ਰੱਬ ਐਦਾਂ ਦਾ ਹੁੰਦਾ ਨਾ ਤੇ ਫਿਰ ਤੁਸੀਂ ਕਿਸੇ ਇੱਕ ਇੱਕ ਜਾਣੇ ਨੇ ਗੁਲਾਮ ਬਣਾ ਲੈਣਾ ਸੀ ਪਰ ਮੇਰਾ ਰੱਬ ਐਦਾਂ ਦਾ ਗੁਰਨਾਨਕ ਪਾਤਸ਼ਾਹ ਨਾ ਥਾਪਿਆ ਨਾ ਜਾਏ ਕੀਤਾ ਨਾ ਹੋਏ। ਕਿਸੇ ਦਾ ਬਣਾਇਆ ਕਿਸੇ ਦਾ ਥਾਪਿਆ ਰੱਬ ਥਾਪਿਆ ਨਹੀਂ ਜਾਂਦਾ ਕੀਤਾ ਨਾ ਹੋਏ ਕਿਸੇ ਦਾ ਕੀਤਾ ਬਣਾ ਕੇ ਪ੍ਰਮਾਤਮਾ ਨੂੰ ਕੋਈ ਖਲਾਰ ਨਹੀਂ ਸਕਦਾ ਕੀਤਾ ਨਾ ਹੋਏ ਆਪੇ ਆਪ ਨਿਰੰજન ਸੋਏ ਉਹ ਪਰਮੇਸ਼ਰ ਆਪਣੇ ਆਪ ਤੋਂ ਆਪੇ ਪੈਦਾ ਹੋਇਆ ਆਪ ਹੀ ਨੇ ਆਪ ਸਜਿਓ ਆਪ ਹੀ ਨੇ ਰਚਿਓ ਨਾਉਂ ਦੁਈ ਕੁਦਰਤ ਸਾਜੀ ਐ ਕਰ ਆਸਣ ਡਿਠੋ ਚਾਓ ਉਹ ਪ੍ਰਮਾਤਮਾ ਤੂੰ ਪੂਰ ਰਹਿਓ ਹੈ ਸਭ ਸਮਾਨ ਤੂੰ ਸਾਰੀਆਂ ਥਾਵਾਂ ਤੇ ਇੱਕ ਸਮਾਨ ਬਰਾਬਰ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤ ਹੈ ਸਮਾਨ ਰੂਪ ਜਾਨੀਐ ਅਕਾਲ ਉਸਤਤ ਵਿੱਚ ਬਚਨ ਵੀ ਕੀਤਾ ਦਸਮ ਪਾਤਸ਼ਾਹ ਨੇ ਕਿ ਰੱਬ ਜੀ ਨਾ ਤੂੰ ਘਟਦਾ ਨਾ ਵਧਦਾ ਤੇ ਸਭ ਥਾਂ ਬਰਾਬਰ ਹੈ ਤੂੰ ਇੱਕ ਜਗ੍ਹਾ ਤੇ ਜੀ ਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਕੀੜੀ ਤੇ ਹਾਥੀ ਉੱਤੇ ਤੇਰੀ ਬਰਾਬਰ ਹੀ ਕਿਰਪਾ ਹੈ ਭਾਵੇਂ ਛੋਟਿਆਂ ਉੱਤੇ ਤੇ ਵੱਡਿਆਂ ਤੇ ਸਭ ਪਰਮੇਸ਼ਰ ਜੀ ਸਾਰੇ ਅੰਦਰ ਤੇਰੀ ਇੱਕ ਜੋਤ ਇੱਕੋ ਬਰਾਬਰ ਇਹ ਨਹੀਂ ਕਿ ਕੀੜੀ ਚ ਜੋਤ ਛੋਟੀ ਆ ਤੇ ਹਾਥੀ ਚ ਜੋਤ ਵੱਡੀ ਵੱਡੀ ਆ ਸਤਿਆ ਇੱਕੋ ਬਰਾਬਰ ਪਾਈ ਉਹਨੇ ਸੱਚੇ ਪਾਤਸ਼ਾਹ ਕਹਿੰਦੇ ਨੇ हे hey भाई गुरुजी तू पूर रहयो है सब समान तू सारी ਥਾਂ ਤੇ ਬਰਾਬਰ ਸਮਾਇਆ ਹੋਇਆ ਇੱਕੋ ਜਗ੍ਹਾ ਨੇੜਾ ਹੈ ਦੂਰ ਨਾ ਜਾਣ ਹੋ ਨਿਤਸਾਰ ਸੰਭਾਲੇ ਜੋ ਦੇਵੈ ਸੋ ਖਾਵਣਾ ਕਹੋ ਨਾਨਕ ਸਾਚਾ ਹੈ ਤੂੰ ਪੂਰ ਰਹयो है सब समान 베ਦ ਪੁਰਾਨ ਸਭ ਦੇਖੇ ਜੋਏ ਜਿਹੜੇ ਬੇਦ ਧਾਰਮਿਕ ਆਦਿ ਗ੍ਰੰਥ ਸੀ ਮੈਂ ਇਹਨਾਂ ਨੂੰ வாਚ ਕੇ ਵੇਖ ਲਿਆ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਮਝ ਕੇ ਪੜ੍ਹ ਕੇ ਵੇਖ ਲਿਆ ਵੇਦ ਪੁਰਾਨ ਸਭ ਦੇਖੈ ਜੋਏ ਤੇ ਇੱਕੋ ਗੱਲ ਸਾਹਮਣੇ ਆਈ ਸਿੱਟਾ ਸਾਹਮਣੇ ਆਇਆ ਵਾ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ வாਚ ਕੇ ਉਹਾਂ ਤੋ ਜਾਈਏ ਜੋ ਇਹੀਂਾਂ ਨਾ ਹੋਏ ਉਥੇ ਧਰਮ ਅਸਥਾਨਾਂ ਦੀ ਦੀ ਉਸ ਯਾਤਰਾਵਾਂ ਤੇ ਤਾਂ ਜਾ ਕੇ ਰੱਬ ਲੱਭਾਂ ਜੇ ਮੈਨੂੰ ਇੱਥੇ ਆਪਣੇ ਘਰ ਨਾਲ ਲੱਭੇ ਤਾਂ ਉਹਾਂ ਤਉ ਜਾਈਏ ਉਥੇ ਤਾਂ ਹੀ ਜਾਵਾਂ ਜੋ ਇਹੀਂਾਂ ਨਾ ਹੋਏ ਜੇ ਰੱਬ ਇੱਥੇ ਨਾ ਹੋਵੇ ਵੇਖੋ ਇੱਕ ਹੁੰਦਾ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਨਾ ਤੇ ਆਪਣੇ ਗੁਰੂ ਨੂੰ ਮਿਲਣ ਜਾਣਾ ਇੱਕ ਹੁੰਦਾ ਹੈ ਕਿ ਸਿਰਫ ਰੱਬ ਉਥੇ ਹੀ ਹੈ ਹੋਰ ਕਿਤੇ ਹੈ ਹੀ ਨਹੀਂ ਮੇਰਾ ਗੁਰੂ ਕਹਿੰਦਾ ਹੈ ਕਿ ਰੱਬ ਹਰ ਜਗ੍ਹਾ ਆ ਤੂੰ ਵੇਖਣ ਵਾਲਾ ਬਣ ਤੇ ਸਹੀ ਉਹ ਉੱਥੇ ਵੀ ਹੈ ਤੇ ਤੇਰੇ ਘਰ ਵਿੱਚ ਇੱਥੇ ਵੀ ਹੈਗਾ ਇਹ ਇਹਦਾ ਮਤਲਬ ਇਹ ਨਹੀਂ ਕਹਿ ਰਹੇ ਕਿ ਉੱਥੇ ਵੀ ਨਹੀਂ ਹੈਗਾ ਤੇ ਇੱਥੇ ਹੈਗਾ ਨਹੀਂ ਕਹਿੰਦੇ ਉੱਥੇ ਤੇ ਤਾਂ ਜਾਵਾਂ ਜੇ ਘਰ ਨਾ ਹੋਵੇ ਮਤਲਬ ਉੱਥੇ ਵੀ ਹੈਗਾ ਵਾ ਤੇ ਇੱਥੇ ਵੀ ਹੈਗਾ ਯਾ ਮੇਰੇ ਘਰੇ ਵੀ ਆ ਹਿਰਦੇ ਰੂਪੀ ਘਰ ਵਿੱਚ ਪਰ ਪਾਛੇ ਕਹਿੰਦੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੂ ਕਸਤੂਰੀ ਮਿਰਗ ਨਾ ਜਾਣੈ ਪਰਮ ਦਾ ਪਰਮ ਭੁਲਾਇਆ ਜਿਵੇਂ ਹਿਰਨ ਨੂੰ ਆਪਣੀ ਨਾਭੀ ਚੋਂ ਕਸਤੂਰੀ ਦੀ ਸੁਗੰਧੀ ਤੇ ਆਉਂਦੀ ਹੈ ਪਰ ਲੱਭਦਾ ਕਿਤੇ ਬਾਹਰ ਜਾ ਕੇ ਹੀ ਹੈ ਫਿਰਦਾ ਆ ਉਨਹਾਂ ਤਉ ਜਾਈਐ ਜੋ ਇਹਾਂ ਨਾ ਹੋਇ ਉਥੇ ਤੇ ਤਾਂ ਜਾਵਾਂ ਇੱਥੇ ਰੱਬ ਦਿਖਾਈ ਨਾ ਦਿੰਦਾ ਹੋਵੇ ਤਾਂ ਸੱਜਣ ਠੱਗ ਵਰਗਾ ਬੰਦਾ ਮਲਕ ਭਾਗੋ ਵਰਗਾ ਬੰਦਾ ਸਾਲ ਵਿੱਚ ਇੱਕ ਬਹੁਤ ਵੱਡੀ ਆਪਣੇ ਘਰ ਭੰਡਾਰਾ ਭੰਡਾਰਾ ਕਰਕੇ ਦੁਨੀਆ ਇਕੱਠੀ ਕਰਦਾ ਸੀਗਾ ਵੀ ਸ਼ਾਇਦ ਲੋਕਾਂ ਵਿੱਚ ਮੈਂ ਇਹ ਦਾਨਪੂਨ ਕਰਕੇ ਤੇ ਆਪਣੇ పాਪ ਲਾ ਲਵਾਂਗਾ ਧਰਮੀ ਬਣ ਜਾਵਾਂਗਾ ਸਾਰਾ ਸਾਲ ਉਹ ਲੋਕਾਂ ਦਾ ਧੱਕਾ ਕਰਕੇ ਖੂਨ ਚੂਸਦਾ ਸੀ ਤੇ ਇੱਕ ਦਿਨ ਉਹ ਲੰਗਰ ਲਾ ਦਿੰਦਾ ਸੀਗਾ ਤੇ ਮੇਰੇ ਬਾਬੇ ਨੇ ਜਾ ਕੇ ਸਿੱਧੀ ਗੱਲ ਕਹਿ ਦਿੱਤੀ ਸੀ ਕਹਿ ਲੱਗੇ ਸੱਚੀ ਦੱਸਾਂ ਤੇਰੀ ਰੋਟੀ ਜਿਹੜੀ ਨਾ ਖੂਨ ਨਾਲ ਲਿਬੜੀ ਪਈ ਹੈ ਮੈਨੂੰ ਲਾਲੂ ਦੀ ਭਾਵੇਂ ਰੁੱਖੀ ਹੈ ਪਰ ਕਿਉ ਵਰਗੀ ਮੱਖਣ ਨਾਲ ਚੋਪੜੀ ਦਿਖਾਈ ਦਿਸਦੀ ਹੈ ਕਿਉਂਕਿ ਉਹਦੀ ਆਪਣੀ ਕਿਰਤ ਦੀ ਹੈ ਆਪਣੀ ਹੱਕ ਦੀ ਹੈ ਤੇ ਇਹੀ ਗੁਰਮਤ ਨੇ ਆਖਿਆ ਸੀ ਵੀ ਤੂੰ ਰੱਬ ਕਿਹੜਾ ਲੱਭਦਾ ਫਿਰਦਾ ਹੈ ਜਿਨੇ ਰੱਬ ਲੱਭਿਆ ਨਾ ਸੱਚ ਇਤਿਹਾਸ ਉਹਦਾ ਕੋਈ ਵੱਖਰਾ ਹੀ ਨਾਂ ਆਪਣੇ ਅੰਦਰ ਸਮਾਈ ਬੈਠਾ ਜੇ ਭਾਈ ਲਾਲੋ ਗੁਰੂ ਕਾ ਪਿਆਰਾ ਗੁਰਨਾਨਕ ਪਾਤਸ਼ਾਹ ਜੀ ਦੇ ਜਿਹਦੇ ਘਰੇ ਜਾ ਕੇ ਸਤਗੁਰ ਜੀ ਰਹੇ ਕਹਿੰਦੇ ਨੇ ਇਮਨਾ ਬਾਦ ਅਮੀਨ ਖਾਂ ਨਾਂ ਦੇ ਬੰਦੇ ਦਾ ਵਸਾਇਆ ਭਾਵੇਂ ਜਾਲਮ ਖਾਂ ਉਸ ਵੇਲੇ ਮੌਜੂਦ ਸੀਗਾ ਅਮੀਨ ਖਾਨ ਨਾਂ ਦੇ ਇੱਕ ਹਾਕਮ ਦਾ ਪੁੱਤਰ ਬਿਮਾਰ ਹੋਇਆ ਉਹ ਬੰਦਾ ਕਈ ਜੋਤਸ਼ੀਆਂ ਕਈ ਮੌਲਵੀਆਂ ਕਈ ਕਾਜ਼ੀਆਂ ਕੋਲੋਂ ਮੰਤਰ ਪੜਾਉਂਦਾ ਫਿਰਦਾ ਸੀਗਾ ਕਿ ਮੇਰੇ ਪੁੱਤਰ ਦਾ ਇਲਾਜ ਹੋ ਜਾਏ ਪਰ ਕਹਿੰਦੇ ਹਾਰ ਹੰਬ ਕੇ ਥੱਕ ਚੁੱਕਾ ਤੇ ਇਹ ਆਸਲਾ ਬੈਠਾ ਸੀ ਭਾਵੇਂ ਉਹ ਹਾਕਮ ਦਾ ਪੁੱਤਰ ਸੀਗਾ ਭਾਵੇਂ ਉਹ ਸਰਕਾਰ ਦੇ ਸਮੇਂ ਦੇ ਸਮੇਂ ਦੀ ਸਰਕਾਰ ਦੇ ਹਾਕਮ ਦਾ ਪੁੱਤਰ ਸੀਗਾ ਪਰ ਫਿਰ ਵੀ ਉਹ ਆਪਣੀ ਵਾਹ ਨਾ ਲਾ ਸਕਿਆ ਕਿ ਪੁੱਤਰ ਨੂੰ ਵਿਚਾਰ ਲਵਾ ਕਿਸੇ ਦੱਸਿਆ ਗੁਰਨਾਨਕ ਦਾ ਸਿੱਖ ਭਾਈ ਲਾਲੋ ਹੈ ਇੱਕ ਵਾਰੀ ਉਹਨੂੰ ਮਿਲ ਤਾਂ ਸਹੀ ਕਿਹਦੇ ਭਾਈ ਲਾਲੋ ਦੇ ਘਰ ਆਪਣੇ ਪੁੱਤਰ ਨੂੰ ਲੈ ਕੇ ਜਾਂਦਾ ਤੇ ਭਾਈ ਲਾਲੋ ਦੀ ਬੇਟੀ ਨੇ ਇਲਾਜ ਕੀਤਾ ਉਸ ਪੁੱਤਰ ਦਾ ਯਾਦ ਰਹੇ ਇਤਿਹਾਸ ਬੀਬੀ ਅਮਰਜੀਤ ਕੌਰ ਇਬਨ ਕਲਾਂ ਵਾਲਿਆਂ ਨੇ ਭਾਈ ਲਾਲੋ ਦਾ ਜੀਵਨ ਲਿਖਿਆ ਆ ਉਹਦਾ ਜ਼ਿਕਰ ਕਰਦੇ ਨੇ ਕਿ ਬੀਬੀ ਭਾਈ ਲਾਲੋ ਦੀ ਬੇਟੀ ਨੇ ਉਸ ਦਾ ਇਲਾਜ ਕੀਤਾ ਆ ਉਹਨੇ ਅੱਗੋਂ ਇੱਕ ਗੱਲ ਕਹੀ ਐ ਕਹਿੰਦੀ ਵੀ ਉਹ ਅਮੀਨ ਖਾਂ ਕਹਿੰਦਾ ਆ ਅਸੀਂ ਤਾਂ ਅਸੀਂ ਹਾਕਮ ਹੋਣ ਕਰਕੇ ਲੋਕਾਂ ਦੇ ਨਾਲ ਬੁਰਾ ਵਿਹਾਰ ਵੀ ਕਰਦੇ ਆ ਸਾਨੂੰ ਪਤਾ ਆ ਤੁਹਾਡੇ ਨਾਲ ਵੀ ਨਫ਼ਰਤ ਕੀਤੀ ਐ ਛੋਟੀ ਜਾਤ ਸਮਝ ਕੇ ਤੁਹਾਡੇ ਨਾਲ ਵੀ ਵਿਤਕਰਾ ਕੀਤਾ ਐ ਤੇ ਤੁਹਾਨੂੰ ਸਾਡੇ ਨਾਲ ਕੋਈ ਗਿਲਾ ਨਹੀਂ ਗੁੱਸਾ ਨਹੀਂ ਐ ਵੀ ਅਸੀਂ ਤੁਹਾਡੇ ਨਾਲ ਇੰਨਾ ਕੁਛ ਕਰਦੇ ਆਂ ਤੇ ਤੁਸੀਂ ਸਾਡੇ ਪੁੱਛੀਆਂ ਦਾ ਗਾਂ ਇਲਾਜ ਕਰਨ ਲੱਗ ਪਏ ਤੇ ਤੁਹਾਨੂੰ ਸਾਡੇ ਪ੍ਰਤੀ ਕੋਈ ਨਫ਼ਰਤ ਜਾਂ ਗਿਲਾ ਕਰਨਾ ਨਹੀਂ ਆਈ ਤੇ ਬੀਬੀ ਨੇ ਕੋ ਬੜੇ ਪਿਆਰੇ ਬਚਨ ਕੀਤੇ ਸੀ ਮੇਰਾ ਨਾਨਕ ਮੈਨੂੰ ਸਿਖਾ ਕੇ ਗਿਆ ਵੀ ਰੱਬ ਤੇ ਸਾਰਿਆਂ ਵਿੱਚ ਜੇ ਜਿੱਥੋਂ ਤੱਕ ਹੋ ਸਕਿਆ ਰੱਬ ਲੱਭਣਾ ਜੇ ਤੇ ਦੁਨੀਆਂ ਚ ਲੱਭ ਸਕਦਾ ਜੀ ਰਬ ਹਰ ਥਾਂ ਤੇ ਜੇ ਸਾਨੂੰ ਮੇਰੇ ਨਾਨਕ ਗੁਰੂ ਨਾਨਕ ਨੇ ਸਰਬਤ ਦਾ ਭਲਾ ਕਰਨਾ ਸਿਖਾ ਦਿੱਤਾ ਹੈ। ਇੱਕ ਤੇ ਮੰਗਣਾ ਸਿਖਾਇਆ ਨਾ ਭਲਾ ਇੱਕ ਉਹਨੇ ਕਰਨਾ ਵੀ ਸਿਖਾਇਆ ਮੈਨੂੰ। ਮੈਂ ਤੇ ਭਲਾ ਕੀਤਾ ਮੈਂ ਇਹ ਜਾਤ ਵੇਖ ਕੇ ਭਲਾ ਨਹੀਂ ਕਰਦੀ। ਇਹ ਵੇਖ ਕੇ ਮੈਂ ਕਿਸੇ ਦਾ ਭਲਾ ਨਹੀਂ ਕਰਦੀ ਭੀ ਆ ਕਿਹੜੀ ਜਾਤ ਦਾ ਤੇ ਕਿਹੜੀ ਬਰਾਦਰੀ ਦਾ। ਭਾਈ ਕਨਈਏ ਨੇ ਕਿਤੇ ਜਾਤ ਵੇਖੀ ਸੀ ਪਾਣੀ ਪੀਉਣ ਲੱਗਿਆ। ਗੁਰੂ ਨਾਨਕ ਦੇ ਘਰ ਨੇ ਜੀ ਸਰਬਤ ਦੇ ਭਲੇ ਦੀ ਦਾਤ ਬਖਸ਼ੀ ਨਾ ਮੰਗਣਾ ਤੇ ਕਰਨਾ। ਅੱਜ ਕੱਲਾ ਮੰਗਦੇ ਆ ਕਰਦੇ ਘਾਟਾਂ ਪਰ ਉਦੋਂ ਸਿੱਖ ਕਰ ਮੰਗਦੇ ਜ਼ਿਆਦਾ ਵੀ ਸੀ ਤੇ ਕਰਦੇ ਉਸ ਤੋਂ ਵੀ ਜ਼ਿਆਦਾ ਸੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਹੂੰ ਹਾਂ ਤਉ ਜਾਈਐ ਜੋ ਇਹੀਂ ਆ ਨਾ ਹੋਏ ਸਤਿਗੁਰ ਮੈਂ ਬਲਹਾਰੀ ਤੂਰ ਤੂਰ ਮੈਂਨੇ ਤੇਰੇ ਤੋਂ ਮੈਂ ਸਤਿਗੁਰ ਤੇਰੇ ਤੋਂ ਬਲਹਾਰੇ ਜਾਵਾਂ ਵਾਰੇ-ਵਾਰੇ ਜਾਵਾਂ ਜਿੰਨ ਜਿਸ ਗੁਰੂ ਨੇ ਸਕਲ ਸਾਰੇ ਹੀ ਬਿਕਲ ਵਿਕਲ ਦਾ ਅਰਥ ਕਟਣ ਭ੍ਰਮ ਮੇਰੇ ਭ੍ਰਮ ਵਹਿਮ ਜਿਹੜੇ ਸੀ ਕਾਟੇ ਮੂਰ ਮੇਰੇ ਔਖੇ ਤੋਂ ਔਖੇ ਮੇਰੇ ਮਾਲਕ ਨੇ ਵਹਿਮ ਭ੍ਰਮ ਮੇਰੇ ਕੱਟ ਦਿੱਤੇ ਸਤ ਗੁਰ ਮੈਂ ਬਲਹਾਰੀ ਤੋਰ ਜਿਣ ਸਕਲ ਵਿਕਲ ਭ੍ਰਮ ਕਾਟੇ ਮੂਰ ਰਾਮ ਆਨੰਦ ਸੁਆਮੀ ਰਮਤ ਬ੍ਰਹਮ ਰਾਮ ਆਨੰਦ ਦਾ ਸੁਆਮੀ ਸਾਰੇ ਥਾਮਾਂ ਤੇ ਰਮਿਆ ਹੈ ਉਹ ਬ੍ਰਹਮ ਪਰਮਾਤਮਾ ਗੁਰ ਕਾ ਸ਼ਬਦ ਕਟੇ ਕੋਟ ਕਰਮ ਗੁਰੂ ਦਾ ਸ਼ਬਦ ਮੇਰੇ ਕਰੋੜਾਂ ਹੀ ਮੰਦੇ ਕਰਮ ਕੱਟ ਦਿੰਦਾ ਹੈ ਗੁਰੂ ਦਾ ਸ਼ਬਦ ਹੀ ਮੇਰੇ ਬੁਰਿਆਂ ਕਰਮਾਂ ਨੂੰ ਖਤਮ ਕਰਕੇ ਇਹ ਸਿਖਾ ਦਿੰਦਾ ਹੈ ਮਤ ਦਿੰਦਾ ਹੈ ਕਿ ਉਹਾਂ ਤਵ ਜਾਈਏ ਜੋ ਇੰਹਾਂ ਨਾ ਹੋਏ ਗੁਰੂ ਦੇ ਸ਼ਬਦ ਨੇ ਹੀ ਮੇਰੇ ਮਨ ਨੂੰ ਪਿੰਗਲਾ ਕਰਕੇ ਇੱਕ ਥਾਂ ਥਿਰ ਕਰ ਦਿੱਤਾ ਦਰ ਦਰ ਜਾਣ ਦੀ ਬਜਾਏ ਇੱਕ ਪਰਮੇਸ਼ਰ ਦੇ ਦਰ ਤੇ ਟੈ ਪਈਏ ਤੇ ਉਸ ਵੈਗੁਰੂ ਦਰਦ ਦੀਆਂ ਪਰਮਾਤਮਾ ਦਰਦ ਦੀਆਂ ਖੁਸ਼ੀਆਂ ਪਾ ਲਵਾਂਗੇ ਵਿਚਾਰ ਕਰਦਿਆਂ ਹੁਣ ਪੁੱਲਾਂ ਦੇ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ